ਹੈਲੋ ਆਦاب ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਵੱਡਾ 247 ਦੇ YouTube ਪਲੇਟਫਾਰਮ ਤੇ ਉਮੀਦ ਕਰਦਾ ਆ ਆਸ਼ਾ ਕਰਦਾ ਆ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਕੈਂਟ ਹੋਵੋਗੇ ਮਸਤ ਹੋਵੋਗੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਜਣੇ ਜਿਹੜੇ ਉਹ ਤਿਆਰੀ ਦੋਸਤੋ ਕਰ ਰਹੇ ਹੋਵੋਗੇ ਸੋ ਹਰ ਰੋਜ਼ ਆਪਾਂ ਜੁੜਦੇ ਹਾਂ ਜੀ ਇਸ ਕਲਾਸ ਦੇ ਵਿੱਚ ਅੱਜ ਫੇਰ ਮੈਂ ਕਲਾਸ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਕਲਾਸ ਤੁਹਾਡੇ ਸਾਰੇ ਪੇਪਰਾਂ ਦੇ ਵਾਸਤੇ ਇੰਪੋਰਟੈਂਟ ਆ ਭਾਵੇਂ ਤੁਸੀਂ ਪੀਟਰ ਪਲਸ ਵੀ ਲੇਬਰ ਇਨਸਪੈਕਟਰ ਦੇਣਾ ਹੋਵੇ ਭਾਵੇਂ ਸੀਨੀਅਰ ਅਸਿਸਟੈਂਟ ਦੇਣਾ ਹੋਵੇ ਭਾਵੇਂ ਪੀਟਰ ਪਲਸ ਵੀ ਕਲੈਰੀਕਲ ਦਾ ਪੇਪਰ ਦੇਣਾ ਹੋਵੇ ਇਹ ਕਲਾਸ ਤੁਹਾਡੇ ਸਾਰਿਆਂ ਦੇ ਵਾਸਤੇ ਬਹੁਤ ਜ਼ਿਆਦਾ ਲਾਜ਼ਮੀ ਰਹਿਣ ਵਾਲੀ ਆ ਪਿਆਰੇ ਦੋਸਤੋ ਸਭ ਨੂੰ ਸਤਿ ਸ਼੍ਰੀ ਅਕਾਲ ਆ ਜੀ ਸਭ ਨੂੰ ਨਮਸਕਾਰ ਆ ਪਿਆਰੇ ਦੋਸਤੋ ਅੱਜ ਮੈਨੂੰ ਮਤਲਬ ਨਾ ਤੋਕੇ ਰੈਡੀ ਹੋਇਆ ਨਾ ਬਸ ਮੇਰੀ ਆਦਤ ਹੈ ਮੈਂ ਫੋਨ ਤੇ ਕੁਛ ਨਾ ਕੋਈ ਚਲਾ ਕੇ ਰੱਖਦਾ ਨਾ ਮਤਲਬ ਕੁਛ ਵੀ ਕਰ ਰਿਹਾ ਹਾਂ ਆਵਾਜ਼ ਸੁਣ ਰਹੀ ਸੀ ਉਹ ਕੁਦਰਤੀ ਇੱਕ ਵੀਡੀਓ ਆ ਗਈ ਜੀ ਜਮਿਤਾਬ ਬੱਚਨ کہہ ਰਿਹਾ ਸੀ ਨਮਸਕਾਰ ਸਾਥਿਓ ਮੈਂ ਮਿਤਾਬ ਬੱਚਨ ਆਪ ਸਭੀ ਦਾ ਸਵਾਗਤ ਕਰਤਾ ਹੂੰ ਕੌਣ ਬਨੇਗਾ ਕਰੋੜਪਤੀ ਇਸ ਮਹਾ ਮੰਚ ਪਰ ਤੇ ਮੈਂ ਉਦੋਂ ਦੀ ਦਿਮਾਗ ਦੇ ਵਿੱਚ ਮੇਰੇ ਹੀ ਚਲੀ ਜਾਂਦੀ ਮੈਂ ਕਿਤੇ ਅੱਜ ਮੈਂ ਵੀ ਨਾ ਕਲਾਸ ਜਾ ਕੇ ਆਇਆ ਕਹਿੰਦਾ ਨਮਸਕਾਰ ਸਾਥਿਓ ਮੈਂ ਮਿਤਾਬ ਬੱਚਨ ਸੋ ਸਾਰਿਆਂ ਦਾ ਸਵਾਗਤ ਹੈ ਜੀ ਕ੍ਰਿਸ਼ਟੀ ਨਵੀ ਸਿਮਰਨ ਅਰਮਾਨ ਨਿਸ਼ਾਨ ਪੁੱਲਰ ਜਸਵਿੰਦਰ ਪ੍ਰੇਮ جسپریت سربجیت پرینکا ببندیپ اوتار سنگھ منیش کمار سارا سواگت ہے جی سب نو گوڈ مارننگ آئی ہوپ سارے بہت ودیا ہوں گے ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੇ ਤਿਆਰੀ ਕਰ ਰਹੇ ਹੋਗੇ ਦੋਸਤੋ ਅੱਜ ਦੀ ਕਲਾਸ ਤੁਹਾਡੇ ਸਾਰਿਆਂ ਦੇ ਵਾਸਤੇ ਬਹੁਤ ਜਿਆਦਾ ਇੰਪੋਰਟੈਂਟ ਹੈ ਨਵਰੀਆ ਕਲਾਸ ਦੀ ਸ਼ੁਰੂਆਤ ਕਰਦੇ ਹਾਂ ਜੀ ਜਿਵੇਂ ਨਾ ਪਹਿਲੀ ਵਾਰ ਜੁੜੇ ਹੋ ਤਾਂ ਪੰਜਾਬ ਅੰਡਰ 247 ਦੇ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦੀ ਜਾਣਕਾਰੀ ਤੁਹਾਡੇ ਕੋਲ ਸਮੇਂ ਸਿਰ ਆਉਂਦੀ ਰਹੇ ਬੈਲ ਆਈਕਨ ਨਾਲ ਫਾਇਦਾ ਇਹ ਹੋਊਗਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਸੋ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ ਕਲਾਸ ਕਦੋਂ ਹੋਣੀ ਹੈ ਕਦੋਂ ਨਹੀਂ ਹੈ ਨਾ ਸੋ ਪਿਆਰੇ ਦੋਸਤੋ ਕਰਦੇ ਹਾਂ ਜੀ ਕਲਾਸ ਦੀ ਸ਼ੁਰ ਜਿਹੜੇ ਬੱਚੇ ਮੇਨ ਦਾ ਪਹਿਲੀ ਵਾਰ ਜੋੜ ਰਹੇ ਉਹਨਾਂ ਨੂੰ ਦੱਸਣਾ ਚਾਹਣਾ ਜਿਨ੍ਹਾਂ ਨੇ ਹਾਲ ਤੱਕ ਜੀਕੇਜੀ ਦੀ ਸਵਾਗਤ ਬੁੱਕ ਜਿਹੜੀ ਆਰਡਰ ਨਹੀਂ ਕੀਤੀ ਉਹ ਸਵਾਗਤ ਕਿਤਾਬ ਨੂੰ ਵੀ ਆਰਡਰ ਕਰ ਸਕਦੇ ਆ ਇਹ ਕਿਤਾਬ 271 ਪੇਜਾਂ ਦੀ ਹੈ ਜੀਕੇਜੀਐਸ ਦੀ ਕਿਤਾਬ ਆ ਜਿਦੇ ਵਿੱਚ ਪੋਲਿਟੀ ਹਿਸਟਰੀ ਜੀਓਗ੍ਰਾਫੀ ਇਕਨੋਮੀ ਤੇ ਸਾਇੰਸ ਇਹ ਸਾਰੇ ਸਬਜੈਕਟਾਂ ਦੀ ਥਿਊਰੀ ਲਿਖੀ ਹੋਈ ਆ ਪਿਆਰੇ ਬੱਚੋ ਇਹ ਕਿਤਾਬ 313 ਰੁਪਏ ਦੇ ਵਿੱਚ ਤੁਹਾਡੇ ਘਰੇ ਆਊਗੀ ਡਿਸਕਾਊਂਟ ਕੋਡ Y679S ਲਗਾ ਕੇ 313 ਰੁਪਏ ਦੇ ਵਿੱਚ ਇਹ ਕਿਤਾਬ ਤੁਹਾਡੇ ਘਰ ਤੱਕ ਆਊਗੀ ਤੇ ਨਾਲ ਪਿਆਰੇ ਬੱਚੋ ਪੰਜਾਬੀ ਮੀਡੀਅਮ ਦੀ ਕਿਤਾਬ ਆ ਚੂਰੀ ਇਹਦੇ ਵਿੱਚ ਡਿਟੇਲ ਦੇ ਵਿੱਚ ਕਿਹੜੇ ਤਰੀਕੇ ਨਾਲ ਲਿਖੀ ਹੋਈ ਆ ਤੇ ਪੋਲੀਟੀ ਹਿਸਟਰੀ ਜੀਓਗ੍ਰਾਫੀ ਇਕਨੋਮੀ ਸਾਇੰਸ ਆ ਵੀਡੀਓ ਲੈਕਚਰ ਤੇ ਨਾਲ ਈ ਬੁੱਕ ਇਸ ਕਿਤਾਬ ਦੀ ਤੁਹਾਨੂੰ ਫ੍ਰੀ ਮਿਲੂਗੀ ਨਾਲ 500 ਕੁਐਸਚਨਸ ਦੀ ਐਮਸੀਕਿਊਜ਼ ਦੀ ਪੀਡੀਐਫ ਵੀ ਨਾਲ ਵੀਡੀਓ ਲੈਕਚਰ ਵੀ ਗਾਈਡੈਂਸ ਤੇ 멘ਟਰਸ਼ਿਪ ਦੇ ਸੈਸ਼ਨ ਵੀ ਸਭ ਕੁਝ Y679 S ਲਗਾ ਕੇ ਆ ਵਾਲਾ ਬੈਚ ਜਿਹੜਾ ਦਿਖਾਈ ਦੇ ਰਿਹਾ ਇਹ ਤੁਹਾਨੂੰ ਇਹ ਨਾਲ ਫ੍ਰੀ ਆਫ ਕਾਸਟ ਮਿਲੂਗਾ ਪਿਆਰੇ ਬੱਚੋ ਇਹ ਕਿਤਾਬ 271 ਪੇਜਾਂ ਦੀ 313 ਰੁਪਏ ਦੇ ਵਿੱਚ ਨਾਲ ਬੈਚ ਨਾਲ ਪੀਡੀਐਫ 500 ਕੁਐਸਚਨਸ ਦੀ ਨਾਲ ਬੱਚੋ ਤੁਹਾਡੇ ਕੋਲ ਆਪਣੇ ਈ ਬੁੱਕ ਇਸ ਕਿਤਾਬ ਦੀ ਸਭ ਕੁਝ ਮ ਐਸ ਲਗਾ ਕੇ ਪਿਆਰੇ ਬੱਚੋ ਸ਼ੁਰੂਆਤ ਕਰਦੇ ਆਂ ਜੀ ਕਲਾਸ ਦੀ ਸ਼ੁਰੂਆਤ ਕਰਦੇ ਆਂ ਦੀ ਕਲਾਸ ਦੀ ਪਹਿਲੇ ਕੋਈ ਸਵਾਲ ਦੇ ਵੱਲ ਵਧਦੇ ਆਂ ਸਾਰੇ ਨੇ ਰੈਡੀ ਹੋ ਤੇ ਇੱਕ ਵਾਰੀ ਲਾਈਕ ਵਾਲਾ ਬਟਨ ਤੇ ਯਸਰ ਬੋਲ ਦਿਓ ਪਹਿਲਾ ਸਵਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਦੋਸਤੋ ਆਉਣ ਜਾ ਰਿਹਾ ਏਨ ਬੇਨ ਚੇਨ ਤੇ ਆ ਚੱਕੋ ਜੀ ਗੋ ਪੜੋ ਪਹਿਲਾ ਸਵਾਲ ਤੇ ਦਿਓ ਜੀ ਜਵਾਬ ਸ਼ਾਬਾਸ਼ ਪੜੋ ਪਹਿਲਾ ਕੁਐਸਚਨ ਪਿਆਰੇ ਦੋਸਤੋ ਪਹਿਲਾ ਸਵਾਲ ਕੀ ਕਹਿ ਰਿਹਾ ਜੀ ਪਹਿਲਾ ਸਵਾਲ ਕਹਿੰਦਾ ਸਰਪਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਸਰਪਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਸੁਣਦੇ ਹੋ ਨੇ ਨਾ ਆਪਾ ਸਰ ਜੀ ਬੁੱਕ ਤੇ ਖਾਉਦ ਸ਼ੁਰੂ ਹੋਵੇਗਾ ਜੀ ਸਰ ਸਮਝ ਆ ਨਹੀਂ ਮੈਂ ਕੀ ਕਹਿ ਰਿਹਾ ਭਾਈ ਕੁਛ ਨਹੀਂ ਪੱਲੇ ਭਾਈ ਉੱਪਰ ਦੀ ਲੰਗੀ ਹੂੰ ਕੱਲੋ ਮੂਸਾੜਾ ਦਾ ਗਾਣਾ ਆਇਆ ਸੀ ਨਾ ਉਹ ਵੀ ਮਾੜਾ ਮੋਟਾ ਸਮਝ ਆ ਗਿਆ ਆ ਥੋੜੇ ਵਾਲੀ ਗੱਲ ਤਾਂ ਜਮੀ ਨਹੀਂ ਸਮਝਾਈ ਉਤੋਂ ਹੀ ਲੰਗੀ وہ زیادہ سنی مالٹن پہلا گائی یاد مارا موٹا تو سمجھ آئی گیا کتنے کتے ہاں فور ٹین فور ٹین کی ہو رہا پر آپ آڈے والی گال نہیں مجھے سمجھ آئی بک کے بعد کی لکھا سچ نہیں پلے پیا سب ہی ٹاپ گیا میرے ترفروشی کی تمنا اب ہمارے دل میں ہے دیکھنا ہے جور کتنا بازو ہے قاتل میں ہے یہ کس نے کیا سی پیارے بچوں رام پرساد بسمل نے کیا سی جی کس نے رام پرساد ਬਿਸਮਿਲ ਨੇ ਕਿਆਸੀ ਪਿਆਰੇ ਬੱਚੋ ਰਾਮ ਪ੍ਰਸਾਦ ਬਿਸਮਿਲ ਇੱਕ ਘਟਨਾ ਦੇ ਵਿੱਚ ਸ਼ਾਮਿਲ ਸਨ ਉਹ ਘਟਨਾ ਕਿਹੜੀ ਹੈ ਜੀ 1925 ਦੀ 1925 ਦੀ ਕਹਿੰਦੇ ਕਾਕੋਰੀ ਕਾਂਸਪਿਰੈਂਸੀ ਕੇਸ ਦੇ ਵਿੱਚ ਕਾਕੋਰੀ ਕਾਂਸਪਿਰੈਂਸੀ ਕੇਸ ਕਾਕੋਰੀ ਕਾਂਸਪਿਰੈਂਸੀ ਕੇਸ ਦੇ ਵਿੱਚ ਸ਼ਾਮਿਲ ਸਨ ਪਿਆਰੇ ਬੱਚੋ ਕੌਣ ਰਾਮ ਪ੍ਰਸਾਦ ਬਿਸਮਿਲ ਦੀ ਮੈਂ ਗੱਲ ਕਰਦਾ ਜੀ ਰਾਮ ਪ੍ਰਸਾਦ ਬਿਸਮਿਲ ਕਾਕੋਰੀ ਕਾਂਸਪਿਰੈਂਸੀ ਕੇਸ ਦੇ ਵਿੱਚ ਸ਼ਾਮਿਲ ਸਨ ਅੱਗੇ ਚੱਲਦੇ ਹਾਂ ਚਲੋ ਵਾਹ ਗੁਰੂ ਪੜੀ ਪਹਿਲੇ ਭਾਰਤੀ ਕਮਾਂਡਰ ਇਨ ਚੀਫ ਕੌਣ ਸਨ ਜੀ ਪਹਿਲੇ ਭਾਰਤੀ ਕਮਾਂਡਰ ਇਨ ਚੀਫ ਪਿਆਰੇ ਬੱਚੋ ਕੌਣ ਸਨ ਜਰਨਲ ਕੇ ਐਸ ਥਮਈਆ ਜਰਨਲ ਕੇ ਐਮ ਕਰੀਆਪਾ ਜਾਂ ਐਸ ਐਚ ਐਫ ਜੇ ਮਾਨਕਸ਼ਾ ਜਾਂ ਪੈਨਨ ਆਫ ਥੀਸ ਇਸ ਸਵਾਲ ਦਾ ਜਵਾਬ ਦੇਣ ਵਾਲੇ ਵਿਦਿਆਰਥੀ ਨੂੰ ਪੂਰੇ 300 ਡਾਲਰ ਪੂਰੇ 300 ਡਾਲਰ ਨਗਦ ਪੁਰਸਕਾਰ ਪੂਰੇ 300 ਡਾਲਰ ਪਿਆਰੇ ਬੱਚੋ ਨਗਦ ਇਨਾਮ ਦਿੱਤਾ ਜਾਏਗਾ ਜੀ ਮੇਰੇ ਵੱਲੋਂ ਕਾਲਪਨਿਕ ਰੂਪ ਦੇ ਵਿੱਚ ਪੂਰੇ 300 ਡਾਲਰ ਦਾ ਨਗਦ ਪੁਰਸਕਾਰ ਦਿੱਤਾ ਜਾਏਗਾ ਪਿਆਰੇ ਬੱਚੋ دسو جی کی ہوگا گا بولو پیارے دوستو کرو انسر نہیں آ رہا یو کین سے سوری سر نہیں آ رہا یو کین سے سوری سر میں تلاح دوں گا یو کین stay ود یور اوریجنل انسر ਆਫ ਦਾ ਜਿਹੜਾ ਤੁਹਾਡਾ ਆਨਸਰ ਆ ਰਿਹਾ ਨਾ ਤੁਸੀਂ ਉਹਦੇ ਨਾਲ ਇੱਕ ਵਾਰੀ ਸਟੇ ਰਿਓ ਹੋ ਸਕਦਾ ਤੁਹਾਡਾ ਸਹੀ ਹੋਵੇ ਤੇ ਜਿੰਨੇ ਬੱਚਿਆਂ ਦਾ ਉੱਤਰ 20 ਆ ਰਿਹਾ ਜੀ ਜਿਨ੍ਹਾਂ ਦਾ ਉੱਤਰ 20 ਆ ਰਿਹਾ ਵੈਲ ਡਨ ਜੀ ਸ਼ਾਬਾਸ਼ ਬਹੁਤ ਅੱਛੇ ਕੀ ਬਾਤ ਹੈ ਜੀ ਲਾਜਵਾਬ ਸ਼ਾਨਦਾਰ ਉੱਤਰ ਕੀ ਆ ਗਿਆ ਜੀ ਉੱਤਰ ਆ ਗਿਆ ਸਾਡੇ ਕੋਲ ਜਰਨਲ ਕੇਐਮ ਕਰੀਆਪਾ ਸਾਹਿਬ ਜਰਨਲ ਕੇਐਮ ਕਰੀਆਪਾ ਸਾਹਿਬ ਬਿਲਕੁਲ ਰਾਈਟ ਆਨਸਰ ਹੈ ਪਿਆਰੇ ਬੱਚੋ ਪਹਿਲੇ ਕਮਾਂਡਰ ਇਨ ਚੀਫ ਕੌਣ ਹੈ ਜੀ ਜਰਨਲ ਕੇਐਮ ਕਰੀਆਪਾ ਸਾਹਿਬ ਵੈਰੀ ਗੁੱਡ ਲਾਈਕ ਵਾਲਾ ਬਟਨ ਦਬਿਓ 200 ਦੇ ਕਰੀਬ ਬੱਚੇ ਲਾਈਵ ਆ ਗਏ ਆ ਜੀ ਲਾਈਕ ਵਾਲਾ ਬਟਨ ਦਬੋ ਜਿਨ੍ਹਾਂ ਨੇ ਨਹੀਂ ਦਬਿਆ ਲਾਈਕ ਵਾਲਾ ਬਟਨ ਦਬੋ ਸ਼ਾਬਾਸ਼ ਸ਼ਾਬਾਸ਼ ਦਬ ਦਿਓ ਲਾਈਕ ਵਾਲਾ ਬਟਨ ਕਹਿੰਦੇ ਜੀ ਹਾਰਨੇਬਲ ਫੈਸਟੀਵਲ ਕਹਿੰਦੇ ਕਿੱਥੇ ਮਨਾਇਆ ਜਾਂਦਾ ਜੀ ਹਾਰਨੇਬਲ ਫੈਸਟੀਵਲ ਪਿਆਰੇ ਦੋਸਤੋ ਕਿੱਥੇ ਮਨਾਇਆ ਜਾਂਦਾ ਹਾਰਨੇਬਲ ਫੈਸਟੀਵਲ ਪਿਆਰੇ ਬੱਚੋ ਕਿੱਥੇ ਮਨਾਇਆ ਜਾਂਦਾ ਕਹਿੰਦੇ ਸਰ ਜੀ ਬੁੱਕ ਦੀ ਰਿਵੀਜ਼ਨ ਵੈਚ ਕਦੋਂ ਹੈ ਦੇਖੋ ਬੁੱਕ ਦੀ ਰਿਵੀਜ਼ਨ ਵੈਚ ਦਾ ਪਹਿਲੀ ਕਲਾਸ 15 ਤਰੀਕ ਨੂੰ ਹੋਊਗੀ ਪਹਿਲੀ ਕਲਾਸ ਭਾਈ 15 ਤਰੀਕ ਨੂੰ ਹੋਊਗੀ ਸਮਾਂ ਜਿਹੜਾ ਉਹ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਹੋਊਗਾ ਪਹਿਲੀ ਕਲਾਸ 1 ਵਜੇ ਹੋਊਗੀ 15 ਤਰੀਕ ਨੂੰ ਸਮਾਂ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਹੋਊਗਾ ਜੀ ਤੁਹਾਡੇ ਜਿਨ੍ਹਾਂ ਨੇ ਵੀ ਬੁੱਕ ਆਰਡਰ ਕੀਤੀ ਆ ਉਹ ਸਾਰੇ ਜਣੇ ਉਸ ਕਲਾਸ ਦੇ ਵਿੱਚ ਜਰੂਰ ਪਹੁੰਚਣ ਹੋਰਨੇਬਲ ਤਿਹਾਰ ਕਿੱਥੇ ਮਨਾਇਆ ਜਾਂਦਾ ਹੈ ਹੌਰਨੇਬਲ ਤਿਹਾਰ ਕਿੱਥੇ ਮਨਾਇਆ ਜਾਂਦਾ ਹੈ ਪਿਆਰੇ ਬੱਚੋ ਦੱਸੋ ਜੀ ਅਰੂਨਾਚਲ ਪ੍ਰਦੇਸ਼ ਨਾਗਾ لینڈ ਓਡੀਸ਼ਾ ਜਾਂ ਵੈਸਟ ਬੰਗਾਲ ਕਿੱਥੇ ਮਨਾਇਆ ਜਾਂਦਾ ਪਿਆਰੇ ਬੱਚੋ ਹੌਰਨੇਬਲ ਫੈਸਟੀਵਲ ਤਾਂ ਤੁਸੀਂ ਕਹੋਗੇ ਜੀ ਹੌਰਨੇਬਲ ਫੈਸਟੀਵਲ ਮਨਾਇਆ ਜਾਂਦਾ ਪਿਆਰੇ ਦੋਸਤੋ ਨਾਗਾ لینڈ ਦੇ ਵਿੱਚ ਬਹੁਤ ਅੱਛੇ ਜੀ ਇਹ ਦਾ ਆਨਸਰ ਕੀ ਆਊਗਾ ਜੀ ਬੀ ਦੈਟ 윌 ਬੀ ਦਾ ਰਾਈਟ ਆਨਸਰ ਨਾਗਾਲੈਂਡ ਦੇ ਵਿੱਚ ਮਨਾਇਆ ਜਾਂਦਾ ਪਿਆਰੇ ਬੱਚੋ ਹਾਰਨੇਬਲ ਫੈਸਟੀਵਲ ਸੋ ਯਾਦ ਰੱਖਿਓ ਜੇ ਕਈ ਵਾਰੀ ਤੁਹਾਡੇ ਪੇਪਰ ਦੇ ਵਿੱਚ ਸਵਾਲ ਆਵੇ ਵੀ ਭਾਈ ਨਾਗਾਲੈਂਡ ਦੀ ਅਫੀਸ਼ੀਅਲ ਲੈਂਗੁਏਜ ਕਿਹੜੀ ਹੈ ਤਾਂ ਤੁਸੀਂ ਕੀ ਕਹੋਗੇ ਜੀ ਇੰਗਲਿਸ਼ ਨਾਗਾਲੈਂਡ ਦੀ ਪਿਆਰੇ ਬੱਚੋ ਅਫੀਸ਼ੀਅਲ ਲੈਂਗੁਏਜ ਕਿਹੜੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅੰਗਰੇਜ਼ੀ ਕਹਿੰਦੇ ਅਫੀਸ਼ੀਅਲ ਲੈਂਗੁਏਜ ਹੈ ਜੀ ਕਹਿੰਦੀ ਨਾਗਾ ਲੈਂਡ ਦੀ ਪਿਆਰੇ ਦੋਸਤੋ ਰਾਜਧਾਨੀ ਕੋਹੀਮਾ ਤੇ ਭਾਈ ਅਫੀਸ਼ੀਅਲ ਲੈਂਗੁਏਜ ਇੰਗਲਿਸ਼ ਆਊਗੀ ਅਫ ਪਈ ਸ਼ੈਡਿਊਲਡ ਲੈਂਗੁਏਜਸ ਕਿੰਨੀਆਂ ਨੇ ਸ਼ੈਡਿਊਲ ਲੈਂਗੁਏਜਸ ਪੁੱਛ ਰਹੇ ਸ਼ੈਡਿਊਲ ਤਾਂ ਸ਼ੈਡਿਊਲ ਲੈਂਗੁਏਜਸ ਪਿਆਰੇ ਬੱਚੋ ਪਹਿਲਾਂ 14 ਸਨ ਸਾਡੇ origignal constitution ਦੇ ਵਿੱਚ ਪਰ ਅੱਜ ਕਿੰਨੀਆਂ ਨੇ ਅੱਜ 22 ਹੋ ਚੁੱਕੀਆਂ ਸੋ ਇਹ ਵੀ ਯਾਦ ਰੱਖਿਓ ਜੀ ਚਲੋ ਕਹਿੰਦੇ ਸਰ ਜੀ 28 April ਵਾਲੇ ਕਨਸਟੇਬਲ ਦੇ ਵਿੱਚ ਪੋਲੀਟਿਕ ਕਦੋਂ ਸ਼ੁਰੂ ਹੋਏਗੀ ਸਤਰਾਮ ਜੀ ਪਹਿਲਾਂ ਜਿਹੜਾ ਕੰਮ ਚੱਲ ਰਿਹਾ ਉਹ ਖਤਮ ਕਰ ਲਈਏ ਫਿਰ ਪੋਲੀਟਿਕ ਸ਼ੁਰੂ ਕਰ ਲਈਏ ਕਿ ਸਾਰਾ ਕੁਝ ਵਿੱਚ ਹੀ ਹੋਸ਼ਪੋਚ ਕਰ ਦਈਏ ਹੂੰ ਪਹਿਲਾਂ ਇਹਨੂੰ ਖਤਮ ਕਰ ਲਈਏ ਜਿਹੜਾ ਆਪਾਂ ਪੜਾ ਰਹੇ ਹਾਂ ਸਿਆਣੇ ਸਿਆਣੇ ਬੱਚੋ ਪਿਆਰੇ ਪਿਆਰੇ ਬੱਚੋ ਕਾਲੀ ਨਹੀਂ ਕਰੀਦੀ ਹੁੰਦੀ ਕਾਲੀ ਦੇ ਅੱਗੇ ਭਾਈ ਟੋਏ ਹੁੰਦੇ ਆ ਕਾਲੀ ਦੇ ਅੱਗੇ ਟੋਏ ਅਸੀਂ ਮਰਗੇ ਨਹੀਂ ਹੋਏ ਹੋਏ ਸੋ ਭਾਈ ਸਿਆਣੇ ਬਣਿਆ ਕਰੋ ਮਰ ਜਾਗੇ ਫਿਰ ਆਪਾਂ ਪੜ ਲਈ ਇੱਕ ਵਾਰੀ ਧਿਆਨ ਨਾਲ ਪਿਆਰ ਨਾਲ ਮੁਹੱਬਤ ਨਾਲ ਚਲੋ ਕਹਿੰਦੇ ਲੋਕ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ ਪਿਆਰੇ ਬੱਚੋ ਲੋਕ ਸਭਾ ਦੀ ਪਹਿਲੀ ਮੀਟਿੰਗ ਪਿਆਰੇ ਬੱਚੋ ਕਦੋਂ ਹੋਈ ਸੀ ਇਹ ਸਵਾਲ ਦਾ ਮੈਨੂੰ ਸਾਰੇ ਜਣੇ ਜਵਾਬ ਦੇਉਗੇ ਵੈਰੀ ਗੁੱਡ ਸ਼ਾਬਾਸ਼ ਲਾ ਜਵਾਬ ਕੀ ਬਾਤ ਹੈ ਜੀ ਕਿਆ ਬਾਤ ਹੈ ਜੀ ਨਹੀਂ ਆ ਰਿਹਾ ਤੇ ਯੂ ਕੈਨ ਸੇ ਸੌਰੀ ਸਰ ਯਾਰਾ ਪਿਆਰੇ ਬੱਚੋ ਲੋਕ ਸਭਾ ਦੀ ਪਹਿਲੀ ਕਹਿੰਦੇ ਮੀਟਿੰਗ ਕਦੋਂ ਹੋਈ ਦੇਖੋ ਪਹਿਲੀ ਲੋਕ ਸਭਾ ਦੀਆਂ ਇਲੈਕਸ਼ਨਸ ਕਦੋਂ ਹੋਈਆਂ 1951 ਦੇ ਵਿੱਚ ਸੋ ਪਹਿਲੀ ਮੀਟਿੰਗ ਕਦੋਂ ਹੋਈ ਲੋਕ ਸਭਾ ਦੀ ਪਿਆਰੇ ਬੱਚੋ ਪਹਿਲੀ ਮੀਟਿੰਗ ਹੋਈ 13 ਮਈ 1952 ਨੂੰ 13 ਮਈ ਤੇ 1952 ਨੂੰ ਕਹਿੰਦੇ ਪਹਿਲੀ ਮੀਟਿੰਗ ਹੋਈ ਲੋਕ ਸਭਾ ਦੀ ਲੋਕ ਸਭਾ ਦੀ ਪਹਿਲੀ ਮੀਟਿੰਗ ਜਿਹੜੀ ਹੋਈ ਹੈ ਜਾਂ ਲੋਕ ਸਭਾ ਪਹਿਲੀ ਜਿਹੜੀ ਲੋਕ ਸਭਾ ਬਣੀ ਸੀ ਉਹਦੇ ਸਪੀਕਰ ਕੌਣ ਸਨ ਜਾਨੀ ਕਿ ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਨੇ ਜੀ ਉਹਨਾਂ ਦਾ ਨਾਮ ਹੈ ਜੀ ਵੀ ਮਲਵੰਕਰ ਜੀ ਇਹ ਨੇ ਪਿਆਰੇ ਬੱਚੋ ਜੀ ਵੀ ਮਲਵੰਕਰ ਜੀ ਨੇ ਮਿਸਟਰ ਏ ਆਯਾਨਗਰ ਜੀ ਕੌਣ ਨੇ ਡਿਪਟੀ ਸਪੀਕਰ ਨੇ ਜੀ ਮਿਸਟਰ ਆਯਾਨਗਰ ਜੀ ਕੌਣ ਨੇ ਪਿਆਰੇ ਬੱਚੋ ਇਹ ਡਿਪਟੀ ਸਪੀਕਰ ਨੇ ਪਿਆਰੇ ਬੱਚੋ ਯਾਦ ਰੱਖਿਓ ਸੋਨ ਪੇਪਰ ਤੇ ਸਵਾਲ ਆਊਗਾ ਲੋਕ ਸਭਾ ਦਾ ਪਿਤਾਮਾ ਕਿਸ ਨੂੰ ਕਹਿੰਦੇ ਆ ਫਾਦਰ ਆਫ ਲੋਕ ਸਭਾ ਕਿਸ ਨੂੰ ਕਹਿੰਦੇ ਆ ਪਿਆਰੇ ਬੱਚੋ ਫਾਦਰ ਆਫ ਲੋਕ ਸਭਾ ਕਿਸ ਨੂੰ ਕਹਿੰਦੇ ਆ ਤਾਂ ਫਾਦਰ ਆਫ ਲੋਕ ਸਭਾ ਕਿਸ ਨੂੰ ਕਹਿੰਦੇ ਆ ਪਿਆਰੇ ਬੱਚੋ ਇਹ ਕਹਿੰਦੇ ਜੀ ਵੀ ਮਲਵੰਕਰ ਨੂੰ ਕਹਿੰਦੇ ਆ ਸੋ ਅੱਜ ਦਾ ਕਹਿੰਦੇ ਲੋਕ ਸਭਾ ਦਾ ਸਪੀਕਰ ਕੌਣ ਆ ਜੀ ਅੱਜ ਆ ਜੀ ਸਾਡੇ ਕੋਲੇ ਓਮ ਮਿਰਲਾ ਜਿਵੇਂ ਓਮਿਰਲਾ ਦੀ ਗੱਲ ਕਰਦਾ ਹਾਂ ਤਾਂ ਓਮਿਰਲਾ ਕਿਹੜੀ ਸੀਟ ਦਾ ਕਹਿੰਦੇ ਭਾਈ ਕਿੱਥੋਂ ਕਿਹੜੀ ਸੀਟ ਤੋਂ ਜਿੱਤ ਗਿਆ ਜੀ ਕੋਟਾ ਦੇ ਵਿੱਚੋਂ ਜਿੱਤ ਗਿਆ ਕੋਟਾ ਸੀਟ ਆ ਭਾਈ ਓਮਿਰਲਾ ਦੀ ਸੋ ਇਹ ਪੁਆਇੰਟ ਇੰਪੋਰਟੈਂਟ ਬਣ ਜਾਂਦੇ ਨੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਪਿਆਰੇ ਬੱਚੋ ਅਗਲਾ ਸਵਾਲ ਦੇਖਦੇ ਹਾਂ ਕਹਿੰਦੇ ਤਿਰਪੁਰਾ ਰਾਜ ਦੀ ਸਥਾਪਨਾ ਪਿਆਰੇ ਬੱਚੋ ਕਦੋਂ ਹੋਈ ਕਿਹੜੇ ਸਾਲ ਦੇ ਵਿੱਚ ਤਿਰਪੁਰਾ ਰਾਜ ਦੀ ਸਥਾਪਨਾ ਹੋਈ ਦੱਸੋ ਜੀ ਇਸ ਸਵਾਲ ਦਾ ਜਵਾਬ ਵੈਰੀ ਗੁੱਡ ਸ਼ਾਬਾਸ਼ ترپورا راج دی ستاپنا پیارے بچوں کےڑے سال دے وچ ہوئی دسو جی کہ سال دے کے ترپورا راج کی استھاپنا بولو پیارے بچوں نہیں آرہا رہا یو کین سی سوری سر نہیں آرہا رہا یو کین سے سواری سر پیا بچوں ਯੂ ਕੈਨ ਸੇ ਸਵਾਰੀ ਸਰ ਦੇ ਕੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਪਿਆਰੇ ਦੋਸਤੋ ਵੀ ਜਿਹੜੇ ਕੋਈ ਸਟੇਟ ਹੈ ਇਹ ਪਾਵਰ ਕਿਹਦੇ ਕੋਲੇ ਆ ਇਹ ਪਾਵਰ ਪਿਆਰੇ ਵਿੱਚੋਂ ਕਿਹਦੇ ਕੋਲੇ ਆ ਵੀ ਕੋਈ ਸਟੇਟ ਨਵੀਂ ਬਣ ਸਕਦੀ ਹੈ ਜਾਂ ਕਿਸ ਤਰੀਕੇ ਨਾਲ ਸਟੇਟ ਨੂੰ ਬਣਾਇਆ ਜਾ ਸਕਦਾ ਪਹਿਲਾਂ ਇਸ ਚੀਜ਼ ਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਆ ਪਿਆਰੇ ਬੱਚੋ ਚਲੋ ਆਜੋ ਜੀ ਇਧਰ ਨੂੰ ਸਾਰੇ ਜਣੇ ਪਹਿਲਾਂ ਇਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ ਨੰਬਰ 2 ਅਤੇ ਆਰਟੀਕਲ ਨੰਬਰ 3 ਦੇ ਬਾਰੇ ਮਾੜਾ ਜਾ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਨੂੰ ਗੱਲਾਂ ਕਲੀਅਰ ਹੋ ਸਕਣ ਸੋ ਆਰਟੀਕਲ ਨੰਬਰ ਜਿਹੜਾ 2 ਆ ਜੀ ਉਹ ਕਹਿ ਰਿਹਾ ਵੀ ਭਾਰਤ ਦੇ ਵਿੱਚ ਐਕਸਟਰਨਲ ਚੇਂਜ ਕੀਤਾ ਜਾ ਸਕਦਾ ਐਕਸਟਰਨਲ ਚੇਂਜ ਦਾ ਮਤਲਬ ਕੀ ਹੁੰਦਾ ਪਿਆਰੇ ਬੱਚੋ ਕੋਈ ਹਿੱਸਾ ਹੋ ਜਾ ਜਿਹੜਾ ਭਾਰਤ ਦੇ ਵਿੱਚ ਆਲਰੇਡੀ ਨਹੀਂ ਹੈ ਜਿਹੜਾ ਇੱਕ ਵਾਰੀ ਭਾਰਤ ਦੇ ਵਿੱਚ ਐਡ ਨਹੀਂ ਹੈ ਜੀ ਭਾਰਤ ਦੀ ਯੂਨੀਅਨ ਦੇ ਵਿੱਚ ਸ਼ਾਮਿਲ ਨਹੀਂ ਹੈ ਇੱਕ ਹਿੱਸਾ ਤੇ ਉਸ ਹਿੱਸੇ ਨੂੰ ਭਾਰਤ ਦੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਇਹ ਪਾਰਲੀਮੈਂਟ ਦੇ ਕੋਲੇ ਪਾਵਰ ਹੈ ਆਰਟੀਕਲ ਨੰਬਰ 2 ਦੇ ਤਹਿਤ ਉਹ ਆਪਣੇ ਉਦਾਹਰਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਸਿੱਕਮ ਜੋ ਕਿ ਭਾਰਤ ਦਾ ਹਿੱਸਾ ਨਹੀਂ ਸੀ ਕਿਸੇ ਟਾਈਮ ਤੇ ਸਿੱਕਮ ਜੋ ਕਿ ਭਾਰਤ ਦਾ ਬੱਚੋ ਹਿੱਸਾ ਨਹੀਂ ਸੀ ਬਾਅਦ ਦੇ ਵਿੱਚ ਸਿੱਕਮ ਨੂੰ 66 ਅਮੈਂਡਮੈਂਟ 1975 ਦੇ ਅ ਤੱਕ ਭਾਰਤ ਦਾ ਹਿੱਸਾ ਬਣਾਇਆ ਗਿਆ ਤੇ ਆਰਟੀਕਲ ਨੰਬਰ 3 ਕਹਿ ਰਿਹਾ ਜੀ ਕਹਿੰਦਾ ਇੰਟਰਨਲ ਚੇਂਜ ਕੀਤਾ ਜਾ ਸਕਦਾ ਕੀ ਕੀਤਾ ਜਾ ਸਕਦਾ ਪਿਆਰੇ ਬੱਚੋ ਇੰਟਰਨਲ ਚੇਂਜ ਇੰਟਰਨਲ ਚੇਂਜ ਨੂੰ ਤੁਸੀਂ ਸਮਝੋਗੇ ਇੰਟਰਨਲ ਚੇਂਜ ਦਾ ਮਤਲਬ ਪਿਆਰੇ ਦੋਸਤੋ ਕੀ ਹੁੰਦਾ ਜੀ ਬਾਈ ਕੋਈ ਇਹੋ ਜੀ ਸਟੇਟ ਕੋਈ ਇੱਕ ਸਟੇਟ ਦੇ ਵਿੱਚੋਂ ਦੋ ਸਟੇਟਾਂ ਬਣਾ ਦੇਣੀ ਆ। ਐਗਜ਼ਾਮਪਲ ਦੇ ਤੌਰ ਤੇ 1966 ਦੇ ਵਿੱਚ ਪੰਜਾਬ ਤੋਂ ਹਰਿਆਣਾ ਵੱਖ ਕਰ ਦਿੱਤਾ ਗਿਆ ਸੀ। ਓਵੇਂ ਹੀ ਬਿਹਾਰ ਤੋਂ ਝਾਰਖੰਡ ਵੱਖ ਕਰ ਦਿੱਤਾ ਗਿਆ ਸੀ। ਓਵੇਂ ਹੀ ਪਿਆਰੇ ਬੱਚੋ ਆਂਧਰਾ ਤੋਂ ਤੇਲੰਗਾਨਾ ਵੱਖ ਕਰ ਦਿੱਤਾ ਗਿਆ ਸੀ। ਇਹ ਸਾਰੀਆਂ ਪਾਵਰਾਂ ਕਹਿੰਦੇ ਆਰਟੀਕਲ ਨੰਬਰ 3 ਦੇ ਅਨੁਸਾਰ ਪਾਰਲੀਮੈਂਟ ਨੂੰ ਮਿਲਦੀਆਂ ਵੀ ਇੰਟਰਨਲ ਚੇਂਜ ਕੀਤੇ ਜਾ ਸਕਦੇ ਆ। ਕਿਸੇ ਸਟੇਟ ਦਾ ਜਿਹੜਾ ਬਾਰਡਰ ਹੈ ਉਹ ਛੋਟਾ ਵੱਡਾ ਕੀਤਾ ਜਾ ਸਕਦਾ ਜੀ। ਠੀਕ ਹੈ ਕਿ ਸਟੇਟ ਦਾ ਬਾਰਡਰ ਛੋਟਾ ਵੱਡਾ ਕਿਸੇ ਦੇ ਸਟੇਟ ਦਾ ਨਾਮ ਚੇਂਜ ਕੀਤਾ ਜਾ ਸਕਦਾ ਬਾਉਂਡਰੀ ਘਟਾਈ ਵਧਾਈ ਜਾ ਸਕਦੀ ਹੈ ਪਿਆਰੇ ਬੱਚੋ ਇਹ ਸਾਰੀਆਂ ਚੀਜ਼ਾਂ ਕਾਦੇ ਵਿੱਚ ਹੈ ਜੀ ਇਹ ਆਰਟੀਕਲ ਨੰਬਰ 3 ਦੇ ਵਿੱਚ ਹੈ ਇਸੇ ਤਰਜ਼ ਦੇ ਉੱਤੇ ਤਿਰਪੁਰਾ ਰਾਜ ਦੀ ਸਥਾਪਨਾ ਕੀਤੀ ਗਈ ਕਿਹੜੇ ਸਾਲ ਦੇ ਵਿੱਚ ਪਿਆਰੇ ਬੱਚੋ 1972 ਦੇ ਵਿੱਚ 1972 ਦੇ ਵਿੱਚ ਕਹਿੰਦੇ ਤਿਰਪੁਰਾ ਸਟੇਟ ਦੀ ਸਥਾਪਨਾ ਕੀਤੀ ਗਈ ਅਗਲਾ ਸਵਾਲ ਦੇਖੋ ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ਪਿਆਰੇ ਦੋਸਤੋ ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ 1266 ਦੇ ਵਿੱਚ 1173 ਦੇ ਵਿੱਚ 1768 ਦੇ ਵਿੱਚ ਜਾਂ 1758 ਦੇ ਵਿੱਚ ਪਿਆਰੇ ਦੋਸਤੋ ਬਾਬਾ ਫਰੀਦ ਜੀ ਜਿਨ੍ਹਾਂ ਦੇ ਨਾਮ ਦੇ ਉੱਤੇ ਪੰਜਾਬ ਦਾ ਇੱਕ ਸ਼ਹਿਰ ਫਰੀਦਕੋਟ ਵੀ ਵਸਾਇਆ ਹੋਇਆ ਬਾਬਾ ਫਰੀਦ ਜੀ ਨੇ ਨਾ ਦੁਨੀਆ ਦੇ ਵਿੱਚ ਇੱਕ ਚੀਜ਼ ਤਾਂ ਦੇਖੋ ਕਲੀਅਰ ਹੈ ਜਦੋਂ ਉਹਨਾਂ ਨੇ ਲਿਖਤਾਂ ਲਿਖੀਆਂ ਬਾਬਾ ਫਰੀਦ ਜੀ ਨੇ ਜੋ ਲਿਖਿਆ ਉਸ ਲਿਖਤ ਦੇ ਵਿੱਚੋਂ ਇੱਕ ਗੱਲ ਤਾਂ ਕਲੀਅਰ ਆਈ ਜੇ ਕਿਸੇ ਨੇ ਕਿਹਾ ਵੀ ਡਾਊਨ ਟੂ ਅਰਥ ਰਹਿਣਾ ਚਾਹੀਦਾ ਜੇ ਕਿਸੇ ਨੇ ਕਿਹਾ ਵੀ ਭਾਈ ਆਪਣੇ ਆਪ ਨੂੰ ਗਰਾਊਂਡ ਲੈਵਲ ਤੇ ਹੀ ਰੱਖਣਾ ਚਾਹੀਦਾ ਮਾੜਾ ਜ ਆ ਭਾਈ ਤਾਂ ਪਹੁੰਚ ਕੇ ਰੱਬ ਨੂੰ ਟੱਬ ਨਹੀਂ ਦੱਸਣਾ ਚਾਹੀਦਾ ਇਹ ਚੀਜ਼ਾਂ ਜੇ ਕਿਸੇ ਨੇ ਕਿਹਾ ਤਾਂ ਉਹ ਬਾਬਾ ਫਰੀਦ ਜੀ ਸਨ ਬਾਬਾ ਫਰੀਦ ਜੀ ਲਿਖਿਆ ਕਰਦੇ ਸਨ ਵੀ ਫਰੀਦਾ ਖਾਕ ਨ ਨਿੰਦੀਏ ਫਰੀਦਾ ਖਾਕ ਨ ਨਿੰਦੀਏ ਖਾਕੋ ਜੇੜ ਨਾ ਕੋਏ ਜੀਵੰਦਿਆਂ ਪੈਰਾ ਤਲੇ ਤੇ ਮੋਇਆਂ ਉੱਪਰ ਹੋਏ ਬਾਬਾ ਫਰੀਦ ਜੀ ਕਹਿ ਰਹੇ ਵੀ ਜਿਹੜੀ ਖਾਕ ਜਾਨੀ ਕਿ ਜਿਹੜੀ ਮਿੱਟੀ ਨੂੰ ਆਪਾਂ ਬੁਰਾ ਕਹਿੰਦੇ ਆ ਜਿਹੜੀ ਮਿੱਟੀ ਨੂੰ ਅਸੀਂ ਪੈਰਾਂ ਹੇਠਾਂ ਰੱਖਦੇ ਆਂ ਵੀ ਫਰੀਦਾ ਖਾਕ ਨਾ ਨਿੰਦੀ ਖਾਕੂ ਜੇੜਨਾ ਕੋਈ ਜਿਹੜੀ ਮਿੱਟੀ ਅੱਜ ਪੈਰਾਂ ਥੱਲੇ ਆ ਜਦੋਂ ਬੰਦਾ ਮਰ ਜਾਂਦਾ ਦਫਨਾਇਆ ਇਹਨੂੰ ਮਿੱਟੀ ਉਹਦੇ ਉੱਤੇ ਆ ਜਾਂਦੀ ਹੈ ਸੋ ਭਾਈ ਕਿਸੇ ਦਾ ਵੀ ਕਦੋਂ ਵੀ ਸਮਾਂ ਆ ਸਕਦਾ ਸੋ ਕਹ ਇਹ ਦੀ ਡਿਸਰੈਸਪੈਕਟ ਕਿਸੇ ਬਾਰੇ ਬੁਰਾ ਭਰਾ ਨਹੀਂ ਬੋਲਣਾ ਚਾਹੀਦਾ ਕੋਈ ਪਤਾ ਨਹੀਂ ਕਿਹੜਾ ਬੰਦਾ ਜ਼ਿੰਦਗੀ 'ਚ ਕਦੋਂ ਕਿੱਥੇ ਤੁਹਾਡੇ ਕੰਮ ਆ ਜਾਵੇ ਜਦੋਂ ਕਦੋਂ ਕਿੱਥੇ ਕੋਈ ਬੰਦਾ ਕਾਮਯਾਬ ਜ਼ਿੰਦਗੀ ਦੇ ਵਿੱਚ ਹੋ ਜਾਵੇ ਤੇ ਜਰੂਰਤ ਪੈ ਜੇ ਸੋ ਪਿਆਰੇ ਬੱਚਿਓ 112 ਸ਼ਲੋਕ ਇਹਨਾਂ ਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਨੇ ਸੋ ਇਹਨਾਂ ਦਾ ਜਨਮ ਕਦੋਂ ਹੋਇਆ 1173 ਈਸਵੀ ਦੇ ਵਿੱਚ ਹੋਇਆ ਪਿਆਰੇ ਬੱਚੋ ਸੋ ਇਸ ਸਵਾਲ ਦਾ ਜਵਾਬ ਸਾਡੇ ਕੋਲੇ ਕੀ ਆ ਗਿਆ ਜੀ 1173 ਆ ਚੁੱਕਿਆ ਜੀ ਚਲੋ ਤੇ ਭਾਈ ਕਹਾਂ ਫਸ ਗਏ ਹੋ ਇਹ ਤਾਰ ਜੀ ਬੜੀ ਫਸੀ ਹੈ ਮਾੜੇ ਪਿੰਡ ਦੇ ਬਿਜਲੀ ਘਰ ਵਰਗਾ ਤਾਂ ਸਟੂਡੀਓ ਬਣਿਆ ਪਿਆ ਮੇਰਾ ਹੂੰ ਮਾੜੇ ਘਰ ਦੇ ਬਿਜਲੀ ਘਰ ਵਰਗਾ ਸਟੂਡੀਓ ਬਣਿਆ ਪਿਆ ਇਧਰ ਤਾਰ ਪਈ ਹੈ ਇਧਰ ਤਾਰ ਪਈ ਹੈ ਤਾਰਾਂ ਕਈ ਪਈਆਂ ਕਰੰਟ ਇਹਨੇ ਚੱਕ ਵੀ ਨਹੀਂ ਮਾਰਦੀ ਮਾੜੇ ਕ ਮਾੜੇ ਪਿੰਡ ਦੀ ਬਿਜਲੀ ਘਰ ਵਰਗਾ ਸਟੂਡੀਓ ਬਣਿਆ ਪਿਆ ਤਾਰਾਂ ਕਈ ਖਿੰਡੀਆਂ ਪਈਆਂ ਥੱਲੇ ਕਰੰਟ ਇਹਨਾਂ ਚੋਂ ਇੱਕ ਵੀ ਨਹੀਂ ਮਾਰਦੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਜੀ ਕਹਿੰਦੇ ਸਰ ਜੀ ਬੁੱਕ ਦਾ ਪ੍ਰਾਈਸ ਕਿੰਨਾ ਗੁਰਨੂਰ ਜੀ ਬਾਈ ਜੀ ਜੇ ਤੁਸੀਂ ਵਾਈ 679 ਐਸ ਲਾ ਕੇ ਕਿਤਾਬ ਨੂੰ ਮੰਗਾਉਣੀ ਹੋ ਤਾਂ 313 ਰੁਪਏ ਦੇ ਵਿੱਚ ਕਿਤਾਬ ਮਿਲੂਗੀ 313 ਰੁਪਏ ਦੇ ਵਿੱਚ 313 ਦੇ ਵਿੱਚ 313 ਰੁਪਏ ਦੀ ਕਿਤਾਬ ਮਿਲੂਗੀ Y 678 ਸਹੀ ਹੋਣਾ ਲਾਜ਼ਮੀ ਹੈ ਜੀ ਭਾਰਤ ਵਿੱਚ ਟੈਰੀ ਡੈਮ ਜਿਹੜਾ ਹੈ ਉਹ ਕਿਹੜੀ ਨਦੀ ਦੇ ਕੰਡੇ ਤੇ ਬਣਿਆ ਹੋਇਆ ਹੈ ਟੈਰੀ ਡੈਮ ਬਣਿਆ ਹੋਇਆ ਜੀ ਬਗੀਰਥੀ ਨਦੀ ਦੇ ਕੰਡੇ ਤੇ ਲੋ ਜੀ ਭੋਲੇ ਕਟ ਏਡਾ ਪਾਈ ਗਲਤ ਹੈ ਭੋਲੇ ਕੇ ਟਡੇ ਦਾ ਡੋਲੂ ਜਿਹੜਾ ਮਾਂਜਿਆ ਜਾ ਚੁੱਕਿਆ ਜੀ ਇਹ ਤਾਂ ਨਹੀਂ ਮਾਂ ਦਾ ਪੁੱਤ ਪਾਸ ਹੁੰਦੇ ਨੂੰ ਛੱਡ ਦੋ ਇਹਦਾ ਉੱਤਰ ਕੀ ਆਊਗਾ ਜੀ ਬਗੀਰਥੀ ਬਗੀਰਥੀ that will be the right answer ਠੀਕ ਹੈ ਜੀ ਕਿਸੇ ਟਾਈਮ ਤੇ ਸੁਣਨ ਨੂੰ ਸੀਤੋ ਵੀ ਸੁਪਰ ਹੈਟ ਹੋ ਸਕਦਾ ਪਰ ਭੋਲੇ ਕੇ ਟਡੇ ਦਾ ਉੱਤਰ ਨਹੀਂ ਸਹੀ ਹੋਣਾ ਇਹ ਤਾਂ ਮੈਨੂੰ ਕਲੀਅਰ ਆ ਭਾਈ ਚਲੋ ਅੱਗੇ ਕਨਸਟੇਬਲ ਵਾਲੇ ਕਲਾਸ ਲਗਾ ਸਕਦੇ ਹੋ ਲਗਾ ਲੂੰਗੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜੇ ਤੁਸੀਂ ਚਾਹੋ ਸਪੈਸ਼ਲ ਕਲਾਸ ਤਾਂ ਸ਼ਾਮ ਨੂੰ 5 ਵਜੇ ਆਪਣੀ ਭਾਈ ਕਲਾਸ ਹੁੰਦੀ ਉਹਦੇ ਵਿੱਚ ਆ ਜਾ ਕਰੋ ਪਰ ਲਾ ਲੂੰਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ ਜੇ ਕਲਾਸ ਲਾ ਵੀ ਲਓਗੇ ਨਾ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਹੈ ਕੋਈ ਨਹੀਂ ਠੀਕ ਹੈ ਚਲੋ ਕਹਿੰਦੇ ਸੂਰਜ ਦਾ ਅੰਦਰ ਦੱਜਨ ਵਿਆਸ ਧਰਤੀ ਦੇ ਵਿਆਸ ਦਾ ਕਿੰਨੇ ਗੁਣਾ ਹੈ ਜੀ ਧਰਤੀ ਦੇ ਵਿਆਸ ਦਾ ਪਿਆਰੇ ਬੱਚੋ ਕਿੰਨੇ ਗੁਣਾ ਹੈ ਜੀ ਧਰਤੀ ਦੇ ਵਿਆਸ ਦਾ ਕਿੰਨੇ ਗੁਣਾ ਜ਼ਿਆਦਾ ਹੈ ਰਈਆ ਢਾਲੀਵਾਲ 575 ਹਮ ਸਮਝ ਨਹੀਂ ਮੈਂ ਕੀ ਲਿਖਿਆ ਰਹੀ ਆ ਤੁਸੀਂ ਜਸਪ੍ਰੀਤ ਭੁੱਲਰ ਸਰ ਜੀ ਉਹ ਤਾਰ ਹੀ ਆਦੀ ਨੇ ਕਰੰਟ ਨੰਬਰ ਹੈ ਉਹਨੂੰ ਜਸਪ੍ਰੀਤ ਤੁਸੀਂ ਚਾਹੁੰਦੇ ਹੋ ਮੈਂ ਤੇ ਖੜ ਕੇ ਕੰਬੀ ਜਾਇਆ ਗਣਾ ਹੈ ਕੋਈ ਕੈਮਰੇ ਦੀ ਤਾਰ ਆ ਕੋਈ ਕੰਪਿਊਟਰ ਦੀ ਤਾਰ ਆ ਕੋਈ ਲੈਪਟਾਪ ਦੀ ਤਾਰ ਆ ਕੋਈ ਕਿੱਥੋਂ ਕਿੱਥੋਂ ਨਿਕਲੀ ਆਂਦੀ ਹੁਣ ਇਹਨਾਂ ਚ ਕਰੰਟ ਕਿੱਥੋਂ ਲੱਭ ਕੇ ਲੈ ਕੇ ਆਵੇਂ ਦੱਸੋ ਮੈਨੂੰ ਚਲੋ ਕਹਿੰਦੇ ਸੂਰਜ ਦਾ ਅੰਦਰਾਜਨ ਵਿਆਸ ਧਰਤੀ ਦੇ ਵਿਆਸ ਦਾ ਕਿੰਨੇ ਗੁਣਾ ਜੀ ਇਹ ਆ ਪਿਆਰੇ ਬੱਚੋ ਸਾਡੇ ਕੋਲ 103 9 ਗੁਣਾ ਕਿੰਨੇ ਗੁਣਾ ਪਿਆਰੇ ਬੱਚੋ 103 9 ਗੁਣਾ ਜੀ ਧਰਤੀ ਦੇ ਵਿਆਸ ਦਾ ਕਹਿੰਦੇ ਸੂਰਜ ਦਾ ਵਿਆਸ ਹੈ ਕੋਈ ਮੈਨੂੰ ਦੱਸ ਸਕਦਾ ਵਿਆਸ ਕੱਢਣ ਦਾ ਫਾਰਮੂਲਾ ਕੀ ਆ ਭਾਈ ਕੋਈ ਮੈਨੂੰ ਦੱਸ ਸਕਦਾ ਵਿਆਸ ਕੱਢਣ ਦਾ ਵਿਆਸ ਕੱਢਣ ਦਾ ਡਾਇਆਮੀਟਰ ਕੱਢਣ ਦਾ ਫਾਰਮੂਲਾ ਕਮੈਂਟ ਬਾਕਸ 'ਚ ਦੱਸਿਓ ਜੇ ਤੁਸੀਂ ਗੱਲ ਦੱਸਿਆ ਮੈਂ ਕੋ ਸਰ ਨੂੰ ਦੱਸੂਗਾ ਜੇ ਤੁਸੀਂ ਗਲਤ ਦੱਸਿਆ ਮੈਂ ਅੰਕੁਸ਼ਰ ਨੂੰ ਤੁਹਾਡੀ ਸ਼ਿਕਾਇਤ ਲਾਉਂ ਵੀ ਭਾਈ ਇਹ ਤੁਹਾਡੀ ਜਗਾ ਜਗਾ ਜਾ ਕੇ ਲੱਸੀ ਕਰਾਉਣ ਨੂੰ ਤਿਆਰ ਬੈਠੇ ਆ ਮੈਨੂੰ ਦੱਸੋ ਡਾਇਆਮੀਟਰ ਕੱਢਣ ਦਾ ਫਾਰਮੂਲਾ ਕੀ ਹੁੰਦਾ ਦੱਸਿਓ ਬੋਲੋ ਬੋਲੋ ਡਾਇਆਮੀਟਰ ਕੱਢਣ ਦਾ ਫਾਰਮੂਲਾ ਕੀ ਹੁੰਦਾ ਜੇ ਤੁਸੀਂ ਗਲਤ ਦੱਸਿਆ ਹਸਾਬ ਲਾ ਲਓ ਅੱਜ ਅੰਕੁਸ਼ਰ ਨੂੰ ਦੱਸੂ ਮੈਂ ਉਦੋਂ ਬਾਅਦ ਤੁਹਾਨੂੰ ਮੁਰਗੇ ਬਣਾ ਕੇ ਕੁੱਟਣ ਤੁਹਾਡੇ ਹੱਥ ਘੜੇ ਕਰਾਉਣ ਉਹ ਆਪ ਹੀ ਵੇਖਣਗੇ ਪੂਰੀ ਕਲਾਸ ਚ ਇੱਕ ਜਣੇ ਨੇ ਦੱਸਿਆ ਹਲ ਤੱਕ 2πr 2 radius ਬਸ ਸਾਰੀ ਕਲਾਸ ਚ 4 ਜਣੇ ਨੇ ਹਿੰਮਤ ਪਾਈ ਹੈ ਬਸ ਪੂਰੀ ਕਲਾਸ ਦੇ ਵਿੱਚੋਂ 4 ਜਣਾਂ ਦੀ ਹਿੰਮਤ ਪਈ ਹੈ ਜੇ ਲੈਣ ਜਵਾਬ ਦਿੱਤਾ ਲੋ ਜੀ ਸਰ ਗਿਆ ਤੁਹਾਡਾ ਜਮਾ ਇਹਨਾਂ ਵਿੱਚੋਂ ਕਿਹੜਾ ਆਗੂ ਕਹਿੰਦੇ ਕਾਂਗਰਸ ਦੇ ਗਰਮ ਦਲ ਵਿੰਗ ਦੇ ਨਾਲ ਸੰਬੰਧਿਤ ਸੀ ਕਾਂਗਰਸ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਗਰਮ ਦਲ ਦੇ ਨਾਲ ਐਕਸਟਰੀਮਿਸਟ ਗਰੁੱਪ ਸੀ ਜਿਹੜਾ ਜਿਹੜਾ ਕੀ ਸੀ ਪਿਆਰੇ ਬੱਚੋ ਐਕਸਟਰੀਮਿਸਟ ਗਰੁੱਪ ਹੁਣ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਕਹਿਣਾ ਕੀ ਚਾ ਰਿਹਾ ਪਿਆਰੇ ਬੱਚੋ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਕਹਿਣਾ ਕੀ ਚਾ ਰਿਹਾ 1907 ਦੇ ਵਿੱਚ ਪਿਆਰੇ ਦੋਸਤੋ ਕਦੋਂ 1907 ਦੇ ਵਿੱਚ ਇਹਦੋਂ ਪਹਿਲਾਂ ਦਾ ਜਿਹੜਾ ਫੇਜ਼ ਸੀ ਨਾ ਉਹ ਸਾਰਾ ਮੋਡਰੇਟ ਫੇਸ ਚੱਲ ਰਿਹਾ ਸੀ ਮੋਡਰੇਟ ਫੇਸ ਮਤਲਬ ਨਰਮਦਾਲਾ ਵਾਲਾ ਫੇਸ ਚੱਲ ਰਿਹਾ ਸੀ ਕੋਈ ਵੀ ਬੰਦਾ ਲੜਾਈ ਝਗੜਾ ਕਰਨ ਨੂੰ ਤਿਆਰ ਨਹੀਂ ਸੀ ਠੀਕ ਹੈ ਜੀ ਹਰੇਕ ਬੰਦਾ ਭਾਈ ਚਾਹੁੰਦਾ ਸੀ ਵੀ ਕੇ ਤਰੀਕੇ ਨਾਲ ਤਰੀਕੇ ਨਾਲ ਆਪਾਂ ਸ਼ਾਂਤੀ ਨਾਲ ਭਾਈ ਹੈ ਪਿਆਰ ਮੁਹੱਬਤ ਦੇ ਨਾਲ ਧਰਨਿਆਂ ਤੁਰਨਿਆਂ ਨਾਲ ਆਜ਼ਾਦੀ ਲੈ ਲਈ ਪਰ 1907 ਦੇ ਵਿੱਚ ਇੱਕ ਇਹੋ ਜਿਹਾ ਸਮਾਂ ਆ ਗਿਆ 1907 ਦੇ ਵਿੱਚ ਜਦੋਂ ਕਹਿੰਦੇ ਸੂਰਤ ਦੇ ਵਿੱਚ ਸੈਸ਼ਨ ਸੀ ਪਿਆਰੇ ਬੱਚੋ ਕਿੱਥੇ ਜੀ ਸੂਰਤ ਦੇ ਵਿੱਚ ਸੈਸ਼ਨ ਸੀ ਜੀ ਸੂਰਤ ਦੇ ਵਿੱਚ ਸੂਰਤ ਦੇ ਵਿੱਚ ਸੈਸ਼ਨ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਤੇ ਇਹਦੇ ਪ੍ਰਧਾਨ ਕੌਣ ਸੀ ਪਿਆਰੇ ਬੱਚੋ ਇਹਦੇ ਪ੍ਰਧਾਨ ਕੌਣ ਸੀ ਸੂਰਤ ਸੈਸ਼ਨ ਦੇ ਰਾਸ બિਹਾਰੀ ਘੋਸ਼ ਰਾਸ બિਹਾਰੀ ਘੋਸ਼ ਇਹਦੇ ਪ੍ਰਧਾਨ ਸਨ ਇਹ ਰਾਸ ਬਿਹਾਰੀ ਘੋਸ਼ ਨੂੰ ਪ੍ਰਧਾਨਗੀ ਬਾਈ ਜੀ ਰਾਸ ਨਹੀਂ ਆਈ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੋ ਭਾਗਾਂ ਦੇ ਚਵੰਡੀ ਗਈ ਇੱਕ ਗਰਮ ਦਲ ਤੇ ਇੱਕ ਨਰਮ ਦਲ ਪਿਆਰੇ ਦੋਸਤੋ ਇੱਕ ਗਰਮ ਦਲ ਤੇ ਇੱਕ ਨਰਮ ਦਲ ਰਾਸ ਵਿਆਰੀ ਗੋਸ਼ ਦੇ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਦੋ ਭਾਗਾਂ ਦੇ ਚਵੰਡੀ ਗਈ ਹੁਣ ਪ੍ਰੋਬਲਮ ਇਹ ਆ ਗਈ ਵੀ ਗਰਮ ਦਲ ਦੇ ਲੀਡਰ ਵਾਲੇ ਨਹੀਂ ਸਨ ਥੋੜੇ ਸਨ ਉਹ ਕਿਹੜੇ ਕਿਹੜੇ ਸਨ ਉਹ ਸੰਜੀ ਲਾਲ ਬਾਲ ਬਾਲ ਤੇ ਏ ਜੀ ਜਾਨੀ ਕਿ ਲਾਲ ਲਾਲਾ ਲਾਜਪਤਰਾਏ ਬਾਲ ਬਾਲ ਗੰਗਾਦਰ ਤਲਕਪਾਲ ਵਿਪਿੰਚੰਦਰਪਾਲ ਏ ਜੀ ਅਰਬਿੰਦੋ ਗੋਸ਼ ਇਹ ਚਾਰੇ ਲੀਡਰ ਕੌਣ ਸਨ ਪਿਆਰੇ ਬੱਚੋ ਗਰਮ ਦਲ ਦੇ ਲੀਡਰ ਸਨ ਪਟਵਾਰੀ ਦੇ ਪੇਪਰ 'ਚ ਸਵਾਲ ਆਇਆ ਸੀ ਵੀ ਨਰਮਦਲ ਨੂੰ ਕਿਸ ਨੇ ਸੰਭਾਲ ਕੇ ਰੱਖਿਆ ਸੀ ਨਰਮਦਲ ਦੀ ਅਗਵਾਈ ਇਹ ਕੀਤੀ ਸੀ ਗੋਪਾਲ ਕਿਸ਼ਨ ਗੋਖਲੇ ਨੇ ਕਿਸ ਨੇ ਪਿਆਰੇ ਬੱਚੋ ਗੋਪਾਲ ਕ੍ਰਿਸ਼ਨ ਗੋਖਲੇ ਗੋਪਾਲ ਕਿਸ਼ਨ ਗੋਖਲੇ ਨੇ ਕਹਿੰਦੇ ਨਰਮ ਦਲ ਦੀ ਅਗਵਾਈ ਕੀਤੀ ਇਹ ਵੀ ਪੇਪਰ 'ਚ ਸਵਾਲ ਬਣ ਜਾਂਦਾ ਤੇ ਕਈ ਵਾਰੀ ਤੁਹਾਨੂੰ ਇਹ ਵੀ ਪੇਪਰ 'ਚ ਪੁੱਛਿਆ ਜਾ ਸਕਦਾ ਵੀ ਇਹ ਗਰਮ ਦਲ ਤੇ ਨਰਮ ਦਲ ਇਕੱਠੇ ਕਦੋਂ ਹੋਏ 1916 ਦੇ ਵਿੱਚ ਲਖਨਊ ਸੈਸ਼ਨ ਹੋਇਆ ਸੀ ਲਖਨਊ ਸੈਸ਼ਨ ਦੇ ਵਿੱਚ ਬਾਲ ਗੰਗਾਦਰ ਤਿਲਕ ਅਤੇ ਅਨੀਬੈਸੈਂਟ ਨੇ ਭਾਈ ਆ ਜੋਰ ਲਾਇਆ ਪੂਰਾ ਲੜੜਾ ਮਿਲ ਕੇ ਭਾਈ ਗਰਮ ਦਲ ਤੇ ਨਰਮ ਦਲ ਨੂੰ ਇਕੱਠਾ ਕਰਤਾ 1918 'ਚ ਫੇਰ ਅੱਡ-ਅੱਡ ਹੋ ਗਏ ਅਗਲਾ ਸਵਾਲ ਦੇਖੋ ਵੰਦੇ ਮਾਤਰਮ ਲੋਕਾਂ ਦਾ ਹਰਮਨ ਪਿਆਰਾ ਕਦੋਂ ਬਣ ਗਿਆ ਵੰਦੇ ਮਾਤਰਮ ਜਿਹੜਾ ਸਾਡੇ ਭਾਰਤ ਦਾ ਰਾਸ਼ਟਰੀ ਗੀਤ ਹੈ ਉਹ ਕਹਿੰਦੇ ਲੋਕਾਂ ਦਾ ਹਰਮਨ ਪਿਆਰਾ ਪਿਆਰੇ ਬੱਚੋ ਕਦੋਂ ਬਣ ਗਿਆ ਜੀ ਦਿਓ ਜੀ ਇਸ ਸਵਾਲ ਦਾ ਜਵਾਬ ਪਿਆਰੇ ਬੱਚੋ ਸ਼ਾਬਾਸ਼ ਦਿਓ ਜੀ ਇਸ ਸਵਾਲ ਦਾ ਜਵਾਬ ਪਿਆਰੇ ਬੱਚੋ ਕੀ ਆਏਗਾ ਜੀ ਇਸ ਸਵਾਲ ਦਾ ਜਵਾਬ ਵੰਦੇ ਮਾਤਰਮ ਲੋਕਾਂ ਦਾ ਹਰਮਨ ਪਿਆਰਾ ਗੀਤ ਕਦੋਂ ਬਣ ਗਿਆ ਪਿਆਰੇ ਬੱਚੋ ਵੰਦੇ ਮਾਤਰਮ ਲੋਕਾਂ ਦਾ ਹਰਮਨ ਪਿਆਰਾ ਗੀਤ ਕਦੋਂ ਬਣ ਗਿਆ ਜਿਹੜਾ ਇਹ ਸਵਾਲ ਦਾ ਜਵਾਬ ਦੇਵੇਗਾ ਉਹਨੂੰ ਇੰਡੀਕਾ ਗੱਡੀ ਦਿੱਤੀ ਜਾਏਗੀ ਭਾਈ ਕਿਹੜੀ ਜਿਹੜੀ ਸਾਗਰ ਦੀ ਵੋਟੀ ਚਲਾਇਆ ਕਰਦੀ ਸੀ ਸਾਗਰ ਦੀ ਵੋਟੀ ਵਾਲੀ ਇੰਡੀਕਾ ਗੱਡੀ ਦਿੱਤੀ ਜਾਊਗੀ ਭਾਈ ਜਿਹੜਾ ਇਹ ਸਵਾਲ ਦਾ ਸਹੀ ਜਵਾਬ ਦੇਊਗਾ ਨਹੀਂ ਆ ਰਿਹਾ ਤਾਂ ਯੂ ਕੈਨ ਸੇ ਸੌਰੀ ਸਰ ਕੋਈ ਚੱਕਰ ਵਾਲੀ ਗੱਲ ਨਹੀਂ ਨਹੀਂ ਆ ਰਿਹਾ ਤਾਂ ਯੂ ਕੈਨ ਸੇ ਸੌਰੀ ਸਰ ਬੰਦੇ ਮਾਤਮ ਲੋਕਾਂ ਦਾ ਹਰਮਨ ਪਿਆਰਾ ਗੀਤ ਕਦੋਂ ਬਣਿਆ ਪਹਿਲਾਂ ਪਤਾ ਹੋਣਾ ਚਾਹੀਦਾ ਸਵਦੇਸ਼ੀ ਮੂਵਮੈਂਟ ਹੁਣ ਸਵਦੇਸ਼ੀ ਮੂਵਮੈਂਟ ਚੱਲੀ ਕਦੋਂ ਸੀ 1905 ਦੇ ਵਿੱਚ ਜਦੋਂ ਬੰਗਾਲ ਦਾ ਵਿਪਾਜਨ ਹੋਇਆ ਨਾ ਤੇ ਨਾਲ ਦੀ ਨਾਲ ਆ ਮੂਵਮੈਂਟ ਸਵਦੇਸ਼ੀ ਮੂਵਮੈਂਟ ਦੀ ਸ਼ੁਰੂਆਤ ਹੋ ਗਈ ਪਿਆਰੇ ਬੱਚੋ ਨਾਲ ਦੀ ਨਾਲ ਕਿਹੜੀ ਮੂਵਮੈਂਟ ਦੀ ਸ਼ੁਰੂਆਤ ਹੋ ਗਈ ਸਵਦੇਸ਼ੀ ਮੂਵਮੈਂਟ ਦੀ ਸ਼ੁਰੂਆਤ ਹੋ ਗਈ ਹੁਣ ਜਿਹੜਾ ਭਾਈ ਸਾਡੇ ਕੋਲੇ ਬੰਦੇ ਮਾਤਮ ਹੈ ਇਹ ਬੰਦੇ ਮਾਤਮ ਲਿਖਿਆ ਕੀਦ ਹੋ ਰਗਿਆ ਬੰਕਿਮ ਚੰਦਰ ਚੈਟਰਜੀ ਬੰਕਿਮ ਚੰਦਰ ਚੈਟਰਜੀ ਦੁਆਰਾ ਕਹਿੰਦੇ ਕੀ ਲਿਖਿਆ ਗਿਆ ਵੰਦੇ ਮਾਤਰਮ ਲਿਖਿਆ ਗਿਆ ਪਿਆਰੇ ਬੱਚੋ ਵੰਦੇ ਮਾਤਰਮ ਇਹ ਬੰਕਿਮ ਚੰਦਰ ਚੈਟਰਜੀ ਨੇ ਆਨੰਦ ਮਠ ਨਾਵਲ ਦੇ ਵਿੱਚੋਂ ਲਿਆ ਜੀ ਆਨੰਦ ਮਠ ਨਾਵਲ ਦੇ ਵਿੱਚੋਂ ਲਿਆ ਪਿਆਰੇ ਬੱਚੋ ਕੀ ਸਾਡੇ ਕੋਲ ਆ ਜਣਗ ਆਪਣੇ ਵੰਦੇ ਮਾਤਰਮ 1996 ਦੇ ਵਿੱਚ ਪਹਿਲੀ ਵਾਰ ਕਹਿੰਦੇ ਕਲਕੱਤਾ ਸੈਸ਼ਨ ਦੇ ਵਿੱਚ ਬੰਦੇ ਮਾਤਰਮ ਗੀਤ ਜਿਹੜਾ ਹੈ ਇਹ ਗਾਇਆ ਗਿਆ ਇਹਨੂੰ ਬਾਈ ਜੀ ਬੰਦੇ ਮਾਤਰਮ ਗੀਤ ਨੈਸ਼ਨਲ ਗੀਤ ਨੈਸ਼ਨਲ ਐਂਥਮ ਨੂੰ 24 ਜਨਵਰੀ ਨੂੰ 24 ਜਨਵਰੀ 1950 ਨੂੰ ਸਾਡੇ ਸੰਵਿਧਾਨ ਦੇ ਵਿੱਚ ਅਪਣਾ ਲਿਆ ਗਿਆ ਪਿਆਰੇ ਬੱਚੋ ਐਜ਼ ਅ ਨੈਸ਼ਨਲ Song ਐਜ਼ ਅ ਨੈਸ਼ਨਲ ਐਂਥਮ ਠੀਕ ਹੈ ਚਲੋ ਅਗਲਾ ਸਵਾਲ ਦੇਖੋ ਕਹਿੰਦੇ ਜੀ ਕਹਿੰਦੇ ਸਰ ਜੀ ਗੱਡੀ ਦਿਓ ਹੁਣ ਦਿੰਦੇ ਆ ਭਾਈ ਦਿੰਦੇ ਆ ਚਲੋ ਮੰਮੀ ਕਹਿੰਦੇ ਲੈ ਲਾ ਰਹੀ ਹੈ ਗੱਡੀ ਮਾਤਾ ਨੂੰ ਕੋ ਉਹ ਅੱਜ ਪਹਿਲੀ ਵਾਰੀ ਉੱਤਰ ਸਹੀ ਦਿੱਤਾ ਅੱਜ ਗੱਡੀ ਨਹੀਂ ਮਿਲਦੀ ਹਮ ਇੱਕ ਉੱਤਰ ਸਹੀ ਕਰਕੇ ਤੁਸੀਂ ਗੱਡੀ ਭਾਲ ਦਿਓ ਤੇ ਜਿਹੜੇ ਤੁਸੀਂ ਗਲਤ ਉੱਤਰ ਕਰਦੇ ਹੋ ਨੇ ਉਹਨਾਂ ਦੇ ਥੱਪੜ ਕੌਣ ਖਾਊਗਾ ਏ ਥੋੜੀ ਤਾਂ ਉਹ ਗੱਲ ਆ ਕਿਵੇਂ ਹੁੰਦਾ ਖਿੱਲਾ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਛ ਜੇ ਉੱਤਰ ਸਹੀ ਹੋਇਆ ਸਰ ਜੀ ਨਾਮ ਦੇ ਦਿਓ ਜੇ ਗਲਤ ਹੋਇਆ ਸਜ਼ਾ ਨਾ ਦਿਓ ਪਹਿਲਾਂ ਜਿਹੜੇ ਗਲਤ ਕੀਤੇ ਉਹਨਾਂ ਦੀ ਮੁੱਕੀਆਂ ਖਾਓ ਮੇਰੇ ਤੋਂ ਆਓ ਸਾਰੇ ਜਣੇ ਪਹਿਲੇ ਉਹਨਾਂ ਦੇ ਥੱਪੜ ਖਾਓ ਬਾਅਦ ਦੇ ਵਿੱਚ ਗੱਡੀ ਮੰਗਿਓ ਮੇਰੇ ਤੋਂ ਵੱਡੇ ਬਾਈਲੀ ਮੋਹਨ ਦਾਸ ਕਰਮਚੰਦ ਗਾਂਧੀ ਨੂੰ ਮਹਾਤਮਾ ਕਿਸ ਦੇ ਦੁਆਰਾ ਬੋਲਿਆ ਗਿਆ ਇਹ ਬੋਲਿਆ ਗਿਆ ਰਵਿੰਦਰਨਾਥ ਟੈਗੋਰ ਦੁਆਰਾ ਬੱਚੋ ਮੋਸਟ ਰਿਪੀਟਡ ਕੁਐਸਚਨ ਅਗਲਾ ਸਵਾਲ ਕਹਿੰਦੇ ਰਾਜਾ ਰਾਮ মোহন ਰਾਏ ਨੂੰ ਅ ਰਾਮ মোহন ਰਾਏ ਨੂੰ ਕੀ ਹੋਇਆ ਪਿਆ ਟੇਡਾ ਜਿਹਾ ਕੰਮ ਅੱਛਾ ਦੋ ਵਾਰੀ ਲਿਖਿਆ ਗਿਆ ਨਾਮ ਦੋ ਵਾਰੀ ਲਿਖਿਆ ਗਿਆ ਰਾਜਾ ਰਾਮ মোহন ਰਾਏ ਜਿਹੜੇ ਸਨ ਰਾਜਾ ਰਾਮ ਮੋਹਨ ਰਾਏ ਨੇ ਕਾਦੀ ਸਥਾਪਨਾ ਕੀਤੀ ਪਿਆਰੇ ਬੱਚੋ ਕਾਦੀ ਜੀ ਬ੍ਰਹਮਾ ਸਮਾਜ ਦੀ ਰਾਮਕ੍ਰਿਸ਼ਨ ਮਿਸ਼ਨ ਦੀ ਆਰਿਆ ਸਮਾਜ ਦੀ ਅਪਰਾਥਨਾ ਸਮਾਜ ਦੀ ਸਰ ਜੀ ਪੀਡੀਐਫ ਕहां से ਲੈਣ ਕਹੀਂ से ਨਹੀਂ ਕਹੀਂ से ਨਹੀਂ ਲੈਣੀ ਪੀਡੀਐਫ ਕਿਉਂਕਿ ਪੀਡੀਐਫ ਤੁਸੀਂ ਪੜਨੀ ਕੋਈ ਨਹੀਂ ਬਲ ਲੈਣੀ ਹੈ ਕੱਲੀ ਤੁਹਾਨੂੰ ਪੀਡੀਐਫ ਫੋਨ ਦੇ ਵਿੱਚ ਰੱਖਣ ਦਾ ਸ਼ੌਂਕ ਆ ਗੱਲਾਂ ਪੜਨੀ ਪੜਨੀ ਬਾਤ ਦੀ ਗੱਲ ਆ ਫੋਨ ਦੇ ਵਿੱਚ ਪੀਡੀਐਫ ਹੋਣੀ ਚਾਹੀਦੀ ਆ ਤੁਹਾਡੇ ਵੀ ਪੀਡੀਐਫ ਪੀਡੀਐਫ ਸਭ ਕਰਾਂ पीडीएफ पढ़े ना कोई जब पीडीएफ पढ़ने की बारी आई सब कम्बल तान तान के सोए कोई नहीं पढ़दा ओ <coughs> <coughs> चाहिए थी चाबी केनु गड्डी दी दसो हुन बोलदे नहीं है ਇਹਦਾ ਉਤਰ ਆਊਗਾ ਭਾਈ ਸਾਡੇ ਕੋਲ ਬ੍ਰਹਮਾ ਸਮਾਜ ਬ੍ਰਹਮਾ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਰਾਜਾ ਰਾਮ ਮੋਹਨ رائے ਨੇ ਪਿਆਰੇ ਬੱਚੋ ਰਾਜਾ ਰਾਮ ਮੋਹਨ رائے ਨੂੰ ਰਾਜਾ ਦਾ ਟਾਈਟਲ ਅਕਬਰ ਦੂਜੇ ਨੇ ਦਿੱਤਾ ਸੀ ਅਕਬਰ ਸੈਕਿੰਡ ਨੇ ਦਿੱਤਾ ਸੀ ਯਾਦ ਰੱਖਿਓ ਕਹਿੰਦੇ ਜੀ ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਕਿਹੜੇ ਮੁਲਕ ਤੋਂ ਲਈ ਗਈ ਹੈ ਜੀ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਕਿਹੜੇ ਮੁਲਕ ਤੋਂ ਲਈ ਗਈ ਹੈ ਜਵਾਬ ਦਿਓ ਸ਼ਾਬਾਸ਼ ਪਾਣੀ ਪੁਣੀ ਪੀ ਲਈਓ ਤੱਕ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਪ੍ਰੈਜ਼ੀਡੈਂਟ ਦਾ ਜਿਹੜਾ ਇਲੈਕਸ਼ਨ ਹੈ ਪਿਆਰੇ ਬੱਚੋ ਦੱਸੋ ਕਹਿੰਦੇ ਜੀ ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਕਿਸ ਦੇਸ਼ ਤੋਂ ਲਈ ਗਈ ਹੈ ਜੀ ਇਹਦਾ ਉੱਤਰ ਕੀ ਆਊਗਾ ਜੀ ਇਹਦਾ ਉੱਤਰ ਆਊਗਾ ਸਾਡੇ ਕੋਲ ਆਇਰਲੈਂਡ ਜਿਹੜੇ ਯੂ ਐਸ اے ਕਹ ਰਹੇ ਆ ਭਾਈ ਡੋਲੂ ਮੰਨ ਜਾ ਗਿਆ ਜੀ ਉਹਨਾਂ ਦਾ ਜਿਹੜੇ ਯੂਐਸਏ ਕਹਿ ਰਹੇ ਆ ਉਹਨਾਂ ਸਭ ਦਾ ਪਿਆਰੇ ਬੱਚੋ ਡੋਲੂ ਜਿਹੜਾ ਉਹ ਮੰਨਿਆ ਜਾ ਚੁੱਕਿਆ ਹੈ ਕਿਉਂਕਿ ਐਵਰੀ ਟੁੱਕਾ ਇਜ਼ ਨਾਟ ਰਾਈਟ ਮਾਈ ਡੀਅਰ ਫਰੈਂਡਸ ਐਵਰੀ ਡੇ ਇਜ਼ ਨਾਟ ਅ ਸੰਡੇ ਮਾਈ ਡੀਅਰ ਫਰੈਂਡਸ ਐਵਰੀ ਤੋਕਾ ਇਜ਼ ਨਾਟ ਰਾਈਟ ਭਾਈ ਯੂਐਸਏ ਤੋਂ ਮੈਂ ਮੰਨ ਲੈਣਾ ਜੀ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਲਈ ਗਈ ਹੈ ਮੈਂ ਇਹ ਵੀ ਮੰਨ ਲੈਣਾ ਵੀ ਯੂਐਸਏ ਤੋਂ ਭਾਈ ਅ ਵਾਈਸ ਪ੍ਰੈਜ਼ੀਡੈਂਟ ਦਾ ਆਫਿਸ ਲਿਆ ਗਿਆ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਇੱਕ ਗੱਲ ਧਿਆਨ ਨਾਲ ਸੋਚੋ ਜਿਹੜਾ ਰਾਸ਼ਟਰਪਤੀ ਦਾ ਇਲੈਕਸ਼ਨ ਆ ਆਰਟੀਕਲ ਨੰਬਰ 55 ਦੇ ਵਿੱਚ ਜੋ ਲਿਖਿਆ ਹੋਇਆ ਜੀ ਮੈਥਡ ਆਫ ਇਲੈਕਸ਼ਨ میتڈ آف الیشن سنگل ٹرانسفیبل ووٹنگ سسٹم ہوں پیارے دوستوں یہ وی کتوں لے کے آئے ہاں آئرلینڈ کے سویدھان تو لے کے آئے ہاں جنہیں گلت ہوا بولو سر جی سواری بولو سر جی سواری سر گلتی ہو گئی سارے تو نہیں پتا لگیا جی سواری بول دو میں معاف کر دوں گا پر تکے نہ ماریا کرو پی تکے نہ ماریا کرو مار کے تکا یہ کرنے نہیں ہار دے اُسی ہوں نہیں دب دے سر ਤੁੱਕੇ ਮਾਰਦੇ ਹੋ ਤੁਸੀਂ 2-4 ਜਿਹੜੇ ਨੇ ਛੱਡ ਕੇ ਬਾਕੀ ਸਾਰੇ ਗਲਤ ਕਰ ਹੀ ਜਾਂਦੇ ਸੀ ਉੱਤਰ ਕਿਹਾ ਗਿਆ ਜੀ ਉੱਤਰ ਆ ਗਿਆ ਜੀ ਆਇਰਲੈਂਡ ਅਗਲਾ ਸਵਾਲ ਦੇਖੋ ਜੀ ਸਰ ਜੀ ਕਨਸਟੀਟਿਊਸ਼ਨ ਦੇ ਸੋਰਸ ਕਿਵੇਂ ਯਾਦ ਕਰੀਏ ਪੜ੍ਹ ਕੇ ਪਰ ਕਿਹ ਯਾਦ ਕਰਾਂਗੇ ਆ ਕਲਾਸ ਆ ਲੈ ਕਰੋ ਇੱਕ ਸ਼ਾਮ ਨੂੰ ਨਾ ਆਪਣੀ 5 ਵਜੇ ਕਲਾਸ ਹੁੰਦੀ ਹੈ ਇੱਕ ਸ਼ਾਮ ਨੂੰ 5 ਵਜੇ ਆਪਣੀ ਕਲਾਸ ਹੁੰਦੀ ਹੈ ਜਿਹੜੇ ਬੱਚੇ ਮੈਨੂੰ ਲਾਈਵ ਜਾਂ ਰਿਕਾਰਡਡ ਬਾਅਦ ਦੇ ਵਿੱਚ ਵੇਖ ਰਹੇ ਆ ਉਹਨਾਂ ਨੂੰ ਮੈਂ ਕਹਿ ਰਿਹਾ ਚਾਹ ਰਿਹਾ ਵੀ ਇਹ ਕਲਾਸ ਤਾਂ ਤੁਸੀਂ ਲਾਉ ਨਹੀਂ ਲਾਉਨੇ ਹੋ ਪਰ ਸ਼ਾਮ ਨੂੰ 5 ਵਜੇ ਵਾਲੀ ਕਲਾਸ ਜ਼ਰੂਰ ਲਾਈਵ ਲਾ ਲਿਆ ਕਰੋ ਸ਼ਾਮ ਨੂੰ 5 ਵਜੇ ਵਾਲੀ ਕਲਾਸ ਜਿਹੜੀ ਆ ਬੱਚੋ ਉਹ ਜ਼ਰੂਰ ਲਾਈਵ ਲਾ ਲਿਆ ਕਰੋ ហេਠਾਂ ਲਿਖੇ ਵਿੱਚੋਂ ਕਿਸ ਲਈ ਅਹਮਦਾਬਾਦ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ ਸੀ ਅਹਮਦਾਬਾਦ ਮਿਲ ਸੱਤਿਆਗ੍ਰਹਿ ਪਿਆਰੇ ਬੱਚੋ ਕਿਹਦੇ ਵਾਸਤੇ ਸ਼ੁਰੂ ਕੀਤਾ ਗਿਆ ਸੀ ਦਿਓ ਜਵਾਬ ਫਾਰਮਰਜ਼ ਦੇ ਵਾਸਤੇ ਜਾ ਭਾਈ ਆ ਕਾਟਨ ਮਿਲ ਵਰਕਰਸ ਦੇ ਵਾਸਤੇ ਜੁਐਲਰੀ ਐਟਿਨਸ ਦੇ ਵਾਸਤੇ ਜਾਂ ਪ੍ਰੈਸ ਫਰੀडम ਵਾਸਤੇ ਸਪੈਸ਼ਲ ਵੀਡੀਓ ਨਹੀਂ ਆ ਯਾਰ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਸਪੈਸ਼ਲ ਵੀਡੀਓ ਬਣਾ ਦਾਂਗੇ ਇੱਕ ਜਿਵੇਂ ਇੰਪੋਰਟੈਂਟ ਆਰਟੀਕਲਸ ਤੇ ਬਣਾਈ ਸੀ ਹੋਵੇ ਇਹਦੇ ਤੇ ਵੀ ਬਣਾ ਦਾਂਗੇ ਇਹਦਾ ਉੱਤਰ ਕੀ ਹੋਊਗਾ ਇਹਦਾ ਉੱਤਰ ਆਊਗਾ ਜੀ ਕਾਟਨ ਮਿਲ ਵਰਕਰਸ ਦੇ ਵਾਸਤੇ ਅਹਮਦਾਬਾਦ ਮਿਲ ਸਤਿਆਗ੍ਰਹਿ 1918 ਦੇ ਵਿੱਚ ਹੋਇਆ ਸੀ ਪਿਆਰੇ ਵਿੱਚੋਂ ਜਿਹੜੇ ਮਿਲ ਦੇ ਵਰਕਰ ਸੀ ਉਹ ਕਹਿੰਦੇ ਸੀ ਸਾਡੀਆਂ ਵੇਜ ਸਾਡੀਆਂ ਦਿਹਾੜੀਆਂ 50% ਵਧਾ ਦਿਓ ਜਿਹੜੇ ਭਾਈ ਮਿਲ ਦੇ ਮਾਲਕ ਸੀ ਜਿਹੜੇ ਗੋਰੇ ਸੀ ਉਹ ਕਹਿੰਦੇ ਜੀ ਅਸੀਂ ਵਧਾਵਾਂਗੇ ਭਾਈ 20% ਉਹ 20% ਇਹ 50% ਗਾਂਧੀ ਜੀ ਆਏ ਗਾਂਧੀ ਜੀ ਨੇ ਵਿਚਾਲੇ ਜਨਵੇੜ ਤਾਂ ਗਾਂਧੀ ਜੀ ਨੇ ਸਤਿਆਗ੍ਰਹਿ ਕੀਤਾ ਤੇ 35% ਤੇ ਆ ਕੇ ਗੱਲ ਜਿਹੜੀ ਉਹ ਕਹਿੰਦੇ ਫਾਈਨਲ ਹੋ ਗਈ ਪਿਆਰੇ ਬੱਚੋ ਗੱਲ 35% ਦੇ ਉੱਤੇ ਆ ਕੇ ਫਾਈਨਲ ਹੋ ਗਈ ਜੀ ਅਗਲਾ ਸਵਾਲ ਦੇਖੋ ਕਹਿੰਦੇ ਬੁਲੰਦ ਦਰਵਾਜ਼ਾ ਕਿੱਥੇ ਸਥਿਤ ਹੈ ਜੀ ਬੁਲੰਦ ਦਰਵਾਜਾ ਪਿਆਰੇ ਬੱਚੋ ਕਿੱਥੇ ਸਥਿਤ ਹੈ ਜੀ ਆ ਸੋਰਸਸ ਵਾਲੀ ਕਹਾਣੀ ਜੀ ਆ ਜਿਹੜੇ ਆਪਣੇ ਭਾਰਤ ਦੇ ਸੰਵਿਧਾਨ ਚ ਬੋਰਡ ਫੀਚਰ ਨੇ ਉਹਨਾਂ ਦੀ ਇੱਕ ਸਪੈਸ਼ਲ ਵੀਡੀਓ ਬਣਾਵਾਗੇ ਆਪਾਂ ਉਹਨਾਂ ਦੀ ਇੱਕ ਸਪੈਸ਼ਲ ਵੀਡੀਓ ਬਣਾ ਦਾਂਗੇ ਡੋਨਟ ਟੇਕ ਅ ਟੈਂਸ਼ਨ ਮਾਈ ਡੀਅਰ ਫਰੈਂਡਸ ਉਹਨਾਂ ਦੀ ਇੱਕ ਸਪੈਸ਼ਲ ਵੀਡੀਓ ਬਣਾ ਦਾਂਗੇ ਕਰਵਾਨ ਸਰ ਕਹਿੰਦੇ ਬੁਲੰਦ ਦਰਵਾਜਾ ਕਿੱਥੇ ਸਥਿਤ ਹੈ ਜੀ ਬੁਲੰਦ ਦਰਵਾਜਾ ਬੁਲੰਦ ਦਰਵਾਜਾ ਸਥਿਤ ਹੈ ਪਿਆਰੇ ਬੱਚੋ ਸਾਡੇ ਕੋਲ ਫਤਿਹਪੁਰ ਸਿਕਰੀ ਦੇ ਵਿੱਚ ਜਦੋਂ ਅਕਬਰ ਨੇ ਜਦੋਂ ਅਕਬਰ ਨੇ ਪਿਆਰੇ ਬੱਚੋ 1100 ਆਪਣੇ 1572 73 ਦੇ ਵਿੱਚ ਜਦੋਂ ਗੁਜਰਾਤ ਨੂੰ ਜਿੱਤਿਆ ਗੁਜਰਾਤ ਨੂੰ ਜਿੱਤਿਆ ਤੇ ਗੁਜਰਾਤ ਨੂੰ ਜਿੱਤਣ ਦੀ ਖੁਸ਼ੀ ਦੇ ਵਿੱਚ ਕੀ ਬਣਵਾਇਆ ਫਤਿਹਪੁਰ ਸਿਕਰੀ ਦੇ ਵਿੱਚ ਬੁਲੰਦ ਦਰਵਾਜਾ ਬਣਾਇਆ ਇਸੇ ਫਤਿਹਪੁਰ ਸਿਕਰੀ ਦੇ ਵਿੱਚ ਅਕਬਰ ਨੇ ਕੀ ਬਣਵਾਇਆ ਪਿਆਰੇ ਬੱਚੋ ਇਸੇ ਦੇ ਵਿੱਚ ਅਕਬਰ ਨੇ ਬਣਾਇਆ ਜੀ ਇਬਾਦਤਖਾਨਾ ਇਬਾਦਤਖਾਨਾ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਤੇ ਕਿਸੇ ਦੀ ਕੱਲ ਬਣਦੀ ਏ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਭਈ ਇਹ ਫਤਿਹਪੁਰ ਸਿਕਰੀ ਦੇ ਵਿੱਚ ਬਣਵਾਇਆ ਪਿਆ ਹੈ ਬੱਚੋ ਚਲੋ ਜੀ ਅਗਲੇ ਕੁਸ਼ਨ ਦੇ ਵੱਲ ਸਰ ਜੀ ਮੈਥਿਊਰੀ ਤੱਕ ਕਰ ਲੀਜੀ ਬਹੁਤ ਸਾਰੇ ਕੁਸ਼ਨ ਸਾਈਕਲ ਨਹੀਂ ਹੁੰਦੇ ਜੀ ਪੁਲੀਸ ਸਜੈਸ਼ਨ ਉਹੀ ਤਾਂ ਗੱਲ ਹੈ ਨਾ ਜੋ ਥਿਉਰੀ ਕਰ ਲਈ ਉਸ ਤੋਂ ਬਾਅਦ ਆਪਣਾ ਕੰਮ ਉਹਦਾ ਪ੍ਰੈਕਟਿਸ ਕਰਨ ਦਾ ਉਹਦਾ ਆਪਣਾ ਕੰਮ ਉਹਦਾ ਐਮਸੀਕਿਊਜ਼ ਦੀਆਂ ਕਲਾਸਿਸ ਦੇਖਣ ਦਾ ਮੈਂ ਤਾਂ ਹੀ ਸਜੈਸ਼ਨ ਦੇ ਰਿਹਾ ਜਿਨੇ ਥਿਉਰੀ ਪੜ੍ਹੀ ਹੈ ਜਦ ਜਿਨੇ ਨਹੀਂ ਪੜ੍ਹੀ ਐਕਸਟਰਾ ਪੜ੍ਹਨਾ ਚਾਹੁੰਦਾ ਤਾਂ ਕਿਤਾਬ ਦੇ ਵਿੱਚ ਬਹੁਤ ਕੁਝ ਐਕਸਟਰਾ ਮੈਂ ਲਿਖਿਆ ਹੋਇਆ ਇਹ ਜੀਕੇ ਜੀ ਇਸ ਦੀ ਕਿਤਾਬ ਹੈ ਵਿੱਚ ਬਹੁਤ ਕੁਝ ਮੈਂ ਨੇ ਐਕਸਟਰਾ ਲਿਖਿਆ ਹੋਇਆ ਪਿਆਰੇ ਬੱਚੋ ਜੇ ਕੋਈ ਚਾਹੁੰਦਾ ਮੈਂ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ ਤਾਂ 313 ਰੁਪਏ ਦੀ ਕਿਤਾਬਾ ਮੈਨੂੰ ਲੱਗਦਾ 313 ਕਿਸੇ ਨੂੰ ਜ਼ਿਆਦਾ ਲੱਗਦੇ ਹੋਣ ਪਰ ਕਿਤਾਬ ਫ੍ਰੀ ਡਿਲੀਵਰੀ ਤੇ ਨਾਲ ਇਸ ਕਿਤਾਬ ਦੇ 500 ਕੁਐਸਚਨ ਦੀ ਐਮਸੀਕਿਊ ਦੀ ਪੀਡੀਐਫ ਉਹ ਵੀਡੀਓ ਲੈਕਚਰਸ ਦੇ ਵਿੱਚ ਮੈਂ ਦੇਵਾਂਗਾ ਵੀਡੀਓ ਲੈਕਚਰਸ ਦੇ ਵਿੱਚ ਰਿਵੀਜ਼ਨ ਕਰਾਉਂਗਾ 15 ਤੋਂ ਇਹਨੂੰ ਪਹਿਲੀ ਕਲਾਸ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਦੀ ਕਹਿੰਦੇ ਇਸ ਕਿਤਾਬ ਦੇ ਨਾਲ ਜਿਹੜੀ ਕਲਾਸ ਲੱਗਣੀ ਹੈ ਉਹ ਮਿਲ ਜਾਣੀ ਹੈ ਤੁਹਾਨੂੰ ਸੋ ਪਿਆਰੇ ਬੱਚੋ ਰਾਮ ਖੇਲੀਆ ਡਾਂਸ ਕਹਿੰਦੇ ਬਿਹਾਰ ਸਟੇਟ ਦਾ ਜੀ ਰਾਮ ਖੇਲੀਆ ਡਾਂਸ ਕਿਸ ਦਾ ਜੀ ਬਿਹਾਰ ਸਟੇਟ ਦਾ ਪਿਆਰੇ ਦੋਸਤੋ ਸੋ ਦੇਖੋ ਮੈਂ ਗੱਲ ਤੁਹਾਨੂੰ ਕਲੀਅਰ ਕਰਦਾ ਸ਼ਾਮ ਨੂੰ ਜਿਹੜੀ 5 ਵਜੇ ਵਾਲੀ ਕਲਾਸ ਹੁੰਦੀ ਉਹ ਵੀ ਲਾ ਲਿਆ ਕਰੋ ਤੁਹਾਡੀ ਜਿਹੜੀ ਐਮਸੀਕਿਊਜ਼ ਵਾਲੀ ਪ੍ਰੋਬਲਮ ਆ ਕੋਈ ਬੱਚਾ ਜਿਹੜਾ ਕਹਿੰਦੇ ਸਰ ਜੀ ਬੁੱਕ ਰੀਡ ਕਰ ਰਹੇ ਆਂ ਡੇਲੀ ਬਹੁਤ ਚੰਗੀ ਗੱਲ ਕੱਲੀ ਯਾਰ ਜੀਕੇਜੀਐਸ ਦੀ ਬੁੱਕ ਨਹੀਂ ਰੀਡ ਕਰਨੀ ਕੱਲੀ ਜੀਕੇਜੀਐਸ ਥੋੜੇ ਪੇਪਰ ਚ ਆਉਣੀਆਂ ਪੇਪਰ ਚ ਸਾਰੇ ਸਬਜੈਕਟ ਹੋਣੇ ਪਿਆਰੇ ਬੱਚੋ ਪਿਆਰੇ ਦੋਸਤੋ ਪੇਪਰ ਦੇ ਵਿੱਚ ਸਾਰੇ ਦੇ ਸਾਰੇ ਸਬਜੈਕਟ ਹੋਣੇ ਆ ਪਰ ਇੱਕ ਗੱਲ ਯਾਦ ਰੱਖਿਓ ਜੀਕੇਜੀ ਦੀ ਸਵਾਗਤ ਮੁਕਤ ਤੁਨ ਮੈਂ ਦੱਸਤੀ ਹੁਣ ਮੈਥ ਕਿੱਥੋਂ ਕਰਨਾ ਕਹਿੰਦੇ ਬੁੱਕ ਦਾ ਪ੍ਰਾਈਸ ਕੀ ਆ ਮੈਂ ਸਾਰਾ ਕੁਝ ਦੱਸ ਦੇਣਾ 2 ਮਿੰਟ ਖੜ ਜੋ 2 ਮਿੰਟ ਮੈਨੂੰ ਸਮਾਂ ਦੇ ਦਿਓ ਜਿਨ੍ਹਾਂ ਨੇ ਬੁੱਕ ਕੋਈ ਪਰਚੇਸ ਕਰਨੀ ਹੈ ਕਿਉਂਕਿ ਬੁੱਕਸ ਪਰਚੇਸ ਕਰਨੀਆਂ ਬਹੁ ਸੋ ਪਿਆਰੇ ਦੋਸਤੋ ਮੈਥ ਕਿੱਥੋਂ ਕਰਨਾ ਮੈਥ ਵਾਸਤੇ ਟ੍ਰੇਨਿੰਗ ਮੈਥ ਦੀ ਕਿਤਾਬ ਆ ਇਹ ਅੰਕੁਸ਼ਰ ਦੀ ਕਿਤਾਬ 2000 ਪਲੱਸ ਇਹਦੇ ਵਿੱਚ ਕੁਐਸਚਨਸ ਨੇ ਤੇ ਨਾਲ ਸਾਰੇ ਕੁਐਸਚਨਸ ਦੇ ਡਿਟੇਲਡ ਸੋਲੂਸ਼ਨ ਤੇ ਨਾਲ ਇੱਕ ਵੀਡੀਓ ਲੈਕਚਰ ਦਾ ਬੈਚ ਪੰਜਾਬੀ ਤੇ ਅੰਗਰੇਜ਼ੀ ਮੀਡੀਅਮ ਚ ਕਿਤਾਬ ਆ ਨਾਲ ਹੀ ਨਾਲ ਪੰਜਾਬ ਚੱਲ ਕੇ ਪੰਜਾਬ ਜੀਕੇ ਦੀ ਕਿਤਾਬ ਆ ਪੰਜਾਬੀ ਮੀਡੀਅਮ ਦੇ ਵਿੱਚ ਇਹਦੇ ਨਾਲ ਵੀ ਇੱਕ ਵੀਡੀਓ ਲੈਕਚਰ ਦਾ ਬੈਚ ਫਤਿਹ ਸਰ ਦਾ ਮਿਲੂਗਾ ਉਸ ਤੋਂ ਬਾਅਦ ਸੂਰਮਾ ਕਿਤਾਬ ਸਟੈਟਿਕ ਜੀਕੇ ਤੇ ਕਰੰਟ ਅਫੇਅਰ ਦੀ ਇਹ ਵੀ ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੇ ਵਿੱਚ ਇਹਦੇ ਨਾਲ ਵੀ ਇੱਕ ਬੈਚ ਇਹਦਾ ਸਰ ਦਾ ਫ੍ਰੀ ਮਿਲੂਗਾ ਪਿਆਰੇ ਬੱਚੋ ਇੰਗ ਇਦੇ ਨਾਲ ਇੱਕ ਵੀਡੀਓ ਲੈਕਚਰ ਦਾ ਬੈਚ ਫ੍ਰੀ। ਉਸ ਤੋਂ ਬਾਅਦ ਹੋਣਿਆ ਜੀ ਕੰਪਿਊਟਰ ਦੇ ਉੱਤੇ ਕੰਪਿਊਟਰ ਦੀ ਕਿਤਾਬ ਵੀ ਬੱਚੋ ਇਹ ਵੀ ਤੁਹਾਨੂੰ ਮਿਲੂਗੀ ਪੰਜਾਬੀ ਤੇ ਅੰਗਰੇਜ਼ੀ ਮੀਡੀਅਮ ਦੇ ਵਿੱਚ ਇਹਦੇ ਨਾਲ ਵੀ ਇੱਕ ਬੈਚ ਜਿਹੜਾ ਵੀਡੀਓ ਲੈਕਚਰ ਦਾ ਫ੍ਰੀ ਹੈ। 1 2 3 4 ਤੇ 5 ਤੇ 1 6 ਆਪਣੀ ਜੀਕੇ ਜੀ ਦੀ ਸੌਗਾਤ ਕਿਤਾਬ। ਇਹ 6 ਕਿਤਾਬਾਂ ਪੰਜਾਬ ਅੱਡਾ ਦੀ ਟੀਮ ਦੇ ਵੱਲੋਂ ਤੱਕ ਜਿਹੜੀਆਂ ਲਾਂਚ ਬੱਚੋ ਉਹ ਕੀਤੀਆਂ ਜਾ ਚੁੱਕੀਆਂ ਨੇ। ਸੋ ਕੋਈ ਚਾਹੁੰਦਾ 6 ਕਿਤਾਬਾਂ ਮੇਰੇ ਕੋਲ ਹੈਗੀਆਂ। ਜੇ ਮੈਂ 6 ਚਾਹਣਾ ਜੀ ਪਰ ਨਾਲ ਨਾਲ ਮੈਂ ਚਾਹਣਾ ਵੀ ਪੇਪਰਾਂ ਦੇ ਵਿੱਚ ਕੀ ਕੁਝ ਆਉਂਦਾ ਉਹ ਵੀ ਮੈਂ ਦੇਖਾਂ। ਸੋ ਪਿਆਰੇ ਬੱਚੋ ਪ ਕਿ ਉਹਦੀ ਪ੍ਰੀਵੀਅਸ ਈਅਰ ਕੁਐਸਚਨਸ ਦੀ ਕਿਤਾਬ ਜਿਹੜੀ ਕਿ ਕੱਲ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਇਸ ਕਿਤਾਬ ਨੂੰ ਬੱਚਿਆਂ ਵੱਲੋਂ ਬੱਚੇ ਕਹਿੰਦੇ ਸਰ ਪੇਪਰ ਨੇੜੇ ਆਈ ਜਾਂਦੇ ਆ ਕੀ ਕਰੀਏ ਆ ਕਿਤਾਬਾਂ ਦਾ ਅਸੀਂ ਲੈ ਲਿਆ ਆ ਕਿਤਾਬਾਂ ਦਾ ਪੜ ਰਹੀਆਂ ਸਾਨੂੰ ਪਤਾ ਕਿਵੇਂ ਲੱਗੂ ਪੇਪਰ 'ਚ ਪੁੱਛਿਆ ਕੀ ਜਾਂਦਾ ਤਾਂ ਬਾਈ ਜੀ ਪੀਬਾਈਕਿਊ ਦੀ ਕਿਤਾਬ ਪ੍ਰੀਵੀਅਸ ਈਅਰ ਕੁਐਸਚਨਸ ਦੀ ਜਿਹੜੀ ਕਿਤਾਬ ਆ ਪਿਆਰੇ ਬੱਚੋ ਇਹ ਵੀ ਤੁਹਾਨੂੰ ਮਿਲ ਜੂਗੀ ਜੀ ਅੱਡ-ਅੱਡ ਕਿਤਾਬ ਮੰਗੋਣੀ ਅੱਡ-ਅੱਡ ਮੰਗਾ ਲਿਓ ਤੁਸੀਂ ਚਾਹੋ ਸਰ ਕਿੱਥੇ ਅੱਡ-ਅੱਡ ਮੱਥਾ ਮਾਰਾਂਗੇ ਸੱਤੇ ਕਿਤਾਬਾਂ ਇਕੱਠੀਆਂ ਚਾਹੀਦੀਆਂ ਤਾਂ ਸੱਤੇ ਕਿਤਾ ਡਿਸਕਾਊਂਟ ਵਿਦਆਊਟ ਪ੍ਰੀਵੀਅਸ ਈਅਰ ਜੀ ਇਹ ਸਾਰਾ ਕੁਝ ਡਿਸਕਾਊਂਟ ਕੋਡ Y679S ਲਾ ਲਿਓ ਸਾਰੀਆਂ ਕਿਤਾਬਾਂ ਦੇ ਨਾਲ ਵੀਡੀਓ ਲੈਕਚਰ ਫ੍ਰੀ ਮਿਲ ਜਾਣਗੇ ਹਰੇਕ ਕਿਤਾਬ ਦੀ ਡਿਲੀਵਰੀ ਫ੍ਰੀ ਦੀ ਗਾਰੰਟੀ Y679S ਲਾਇਆ ਹੋਇਆ ਡਿਲੀਵਰੀ ਫ੍ਰੀ ਕਿਤਾਬਾਂ ਦੇ ਨਾਲ ਵੀਡੀਓ ਲੈਕਚਰ ਕੱਲੀ ਪੀਵਾਈਕਯੂ ਦੀ ਕਿਤਾਬ ਨੂੰ ਛੱਡ ਕੇ ਤੇ ਨਾਲ ਪਿਆਰੇ ਬੱਚੋ ਹਰੇਕ ਕਿਤਾਬ ਦੀ ਈ-ਬੁੱਕ ਜੇ ਜੀਕੇਜੀ ਉਹਦੀ ਸੌਗਾਤ ਨਾਲ ਮੰਗਾਈਆ ਤੇ 500 ਕੁਐਸਚਨਸ ਐਮਸੀਕਿਊਸ ਦੇਵਾਂਗਾ ਤੁਹਾਨੂੰ ਮੈਂ ਜੀਕੇਜੀਐਸ ਦੇ ਨਾਲ ਮੈਂ ਟੂਰਸ਼ਿਪ ਤੇ ਗਾਈਡੈਂਸ ਦੀ ਸੈਸ਼ਨਸ ਸਾਰੇ ਟੀਚਰਾਂ ਦੀ ਜਿਨ੍ਹਾਂ ਦੀਆਂ ਕਿਤਾਬਾਂ ਨੇ ਜੀ Y6 ਇਹਨਾਂ ਬੁਕਸ ਨੂੰ ਆਰਡਰ ਕਿਵੇਂ ਕਰਨਾ ਸੁਣ ਲਓ ਜਰਾ ਧਿਆਨ ਦੇ ਨਾਲ ਸੁਣ ਲੋ ਜਰਾ ਧਿਆਨ ਦੇ ਨਾਲ ਇਹਨਾਂ ਬੁੱਕਸ ਨੂੰ ਆਰਡਰ ਕਰਨ ਦਾ ਤਰੀਕਾ ਜਿਹੜੀ ਮੇਰੀ ਇਹ ਕਲਾਸ ਚੱਲ ਰਹੀ ਹੈ ਜਿਵੇਂ ਹੀ ਕਲਾਸ ਖਤਮ ਹੋਊਗੀ ਕਲਾਸ ਦੇ ਖਤਮ ਹੋਣ ਤੋਂ ਬਾਅਦ ਇਹਦੇ ਕਮੈਂਟ ਬਾਕਸ ਦੇ ਵਿੱਚ ਇਹਦੇ ਕਮੈਂਟ ਬਾਕਸ ਦੇ ਵਿੱਚ ਇੱਕ ਲਿੰਕ ਲੱਗਿਆ ਹੋਏਗਾ ਪਹਿਲਾਂ ਲਿਖਿਆ ਹੋਏਗਾ ਜੀ ਕੋਡ ਵੀ ਭੁੱਲਣਾ ਜਾਈਓ ਕਿਸੇ ਵੀ ਬੈਚ ਨੂੰ ਜੁਆਇਨ ਕਰਨ ਦੇ ਲਈ ਕੋਡ Y679 ਅਤੇ ਕਿਤਾਬਾਂ ਪਲੱਸ ਕੰਬੋ ਨੂੰ ਆਰਡਰ ਕਰਨ ਦੇ ਲਈ ਕੋਡ Y679S ਦੀ ਵਰਤੋਂ ਕਰੋਗੇ ਤੇ ਗਾਈਡੈਂਸ ਤੇ ਮੈਂਟਰਸ਼ਿਪ ਫ੍ਰੀ ਮਿਲਣੀ ਹੈ ਆ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ ਜਿਹੜਾ ਕੱਲ ਤੋਂ ਸ਼ੁਰੂ ਹੋ ਰਿਹਾ ਉਹਦਾ ਲਿੰਕ ਪਿਆ ਉਹਦੇ ਵਾਸਤੇ ਕੋਡ Y679 ਆ ਇਹ ਪ ਆਪਾਂ ਪਾਏ ਦਾ ਲਿੰਕ ਆ ਗਿਆ ਜੀ ਕਿਤਾਬਾਂ ਦਾ ਲਿੰਕ ਆਈ ਹੋਪ ਸਭ ਨੂੰ ਦਿਖ ਰਿਹਾ ਹੋਵੇਗਾ ਸੌਗਾਤ ਜੀ ਕੇ ਦੀਸ ਦੀ ਕਿਤਾਬ 2679S ਲਾਗੇ 313 ਰੁਪਏ ਦੀ ਸੱਤ ਕਿਤਾਬਾਂ ਇਕੱਠੀਆਂ 2679S ਲਾਗੇ ਮਿਲਣ ਗਈਆਂ 6 ਕਿਤਾਬਾਂ ਇਕੱਠੀਆਂ 2679S ਅੰਗਰੇਜ਼ੀ ਦੀ ਕਿਤਾਬ 2679S ਮੈਦ ਦੀ ਕਿਤਾਬ 2679S ਕਰੰਟ ਅਫੇਅਰ ਦੀ ਕਿਤਾਬ 2679S 11 ਸਾਲਾਂ ਦੇ ਪੁਰਾਣੇ ਪੇਪਰਾਂ ਦੀ ਕਿਤਾਬ 2679S ਜੋ ਮਰਜ਼ੀ ਕਿਤਾਬ ਮੰਗਾਓ ਜੀ ਕੰਬੋ ਮੰਗਾਉਣਾ ਕੰਬੋ ਆਰਡਰ ਕਰਨ ਦਾ ਤਰੀਕਾ ਦੱਸ ਦੇਣਾ ਮੰਨ ਲਓ ਤੁਸੀਂ ਜੀਕੇ ਦੀ ਇਹਦੀ ਸੌਗਾਤ ਬੁੱਕ ਮੰਗਵਾਉਣੀ ਹੈ ਜੀਦੇ ਵਿੱਚ ਪਾਲਿਟੀ ਹਿਸਟਰੀ ਜੀਓਗ੍ਰਾਫੀ ਇਕਨੋਮੀ ਸਾਇੰਸ ਸਭ ਕੁਝ ਹੈ ਤੇ ਨਾਲੇ 15 ਤਰੀਕ ਤੋਂ ਇਹਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਤੁਹਾਡੀ ਇੱਛਾ ਕਿਹੜੀ ਮਰਜ਼ੀ ਕਿਤਾਬ ਮੰਗਾ ਲਿਓ ਲਿੰਕ ਮੈਂ ਸਾਰਿਆਂ ਦੇਤੇ ਕੋਡ 72679S ਲੱਗੂਗਾ ਮੰਨ ਲਓ ਆ ਜੀਕੇਜੀ ਦੀ ਸ਼ੋਗਾਤ ਬੁੱਕ ਮੰਗਾਉਣੀਆਂ ਨੀਲੇ ਲਿੰਕ ਤੇ ਕਲਿੱਕ ਕੀਤਾ ਪਿਆਰੇ ਬੱਚੋ ਜਿਵੇਂ ਨੀਲੇ ਲਿੰਕ ਤੇ ਕਲਿੱਕ ਕੀਤਾ ਤੁਹਾਨੂੰ ਸਿੱਧਾ ਕਿੱਥੇ ਲੈ ਜਾਊਗਾ ਜੀ ਆਪਣੀ ਕਿਤਾਬ ਦੇ ਉੱਤੇ ਲੈ ਜਾਊਗਾ ਐਪ ਨੂੰ ਡਾਊਨਲੋਡ ਕਰ ਲਿਓ ਆਪਦੇ ਫੋਨ ਦੇ ਵਿੱਚ ਹੁਣ ਕਿਤਾਬ ਮੰਗਾਉਣ ਤੋਂ ਪਹਿਲਾਂ ਇੱਕ ਚੀਜ਼ ਧਿਆਨ ਰੱਖਿਓ ਜਿਹੜਾ ਇੱਥੇ ਕੋਡ ਲੱਗਿਆ ਹੋਊਗਾ 326 ਰ ਇਹ ਕੋਡ ਨੂੰ ਬੱਚੋ ਹਟਾ ਦਿਓ ਜੀ ਨਾਲ ਕ੍ਰੋਸ ਦਾ ਬਟਨ ਹੋਊਗਾ ਕ੍ਰੋਸ ਤੇ ਕਲਿੱਕ ਕਰਤਾ ਕਿਤਾਬ ਰਹਿ ਗਈ 300 ਤੇ 84 ਰੁਪਏ ਦੀ ਕਿੰਨੇ ਦੀ ਜੀ 300 ਤੇ 84 ਰੁਪਏ ਦੀ ਕਿਤਾਬ ਰਹਿ ਗਈ ਹੁਣ ਪਿਆਰੇ ਬੱਚੋ ਥੱਲੇ ਲਿਖਿਆ ਹੋਊਗਾ ਮੋਰ ਆਫਰਸ ਖੱਬੇ ਆ ਤਾਂ ਥੱਲੇ ਕਿਤਾਬ ਦੇ ਰੇਟ ਦੇ ਨਾਲ ਲਿਖਿਆ ਹੋਊਗਾ ਮੋਰ ਆਫਰਸ ਜਾਂ ਲਿਖਿਆ ਹੋਊਗਾ ਸਾਹਮਣੇ ਕੂਪਨ ਅਵੇਲੇਬਲ ਜਾਂ ਲਿਖਿਆ ਹੋਊਗਾ 뷰 ਆਫਰ ਕੁਝ ਵੀ ਲਿਖਿਆ ਹੋਵੇ ਕੋਈ ਵੀ ਕਿਤਾਬ ਹੋਵੇ ਕੋਡ ਅਟਾਕੇ 뷰 ਆਫਰ ਤੇ ਮੋਰ ਆਫਰ ਦੇ ਉੱਤੇ ਆਫਰ ਅਵੇਲੇਬਲ ਤੇ ਜਾ ਕੇ ਇਸ ਖਾਲੀ ਡੱਬੀ ਦੇ ਵਿੱਚ ਪਿਆਰੇ ਬੱਚੋ ਭਰ ਦਿਓ Y679TS Y609S S ਤੇ ਨਾਲ ਕਰ ਦਿਓ ਜੀ ਅਪਲਾਈ ਆ ਰਿਆ ਜੀ ਨਾਲ ਕਰ ਦਿਓ ਪਿਆਰੇ ਬੱਚਿਓ ਅਪ ਅਪਲਾਈ ਜਿਵੇਂ ਅਪਲਾਈ ਕੀਤਾ ਤੇ ਕਿਤਾਬ 318 ਰੁਪਏ ਦੀ ਤੁਹਾਨੂੰ ਸ਼ੋ ਹੋਣੀ ਸ਼ੁਰੂ ਹੋ ਚੁੱਕੀ ਹੈ ਸੋ ਮੈਂ ਇੱਕ ਗੱਲ ਕਹਿ ਰਿਹਾ ਤੁਸੀਂ ਭਾਵੇਂ ਕੰਬੋ ਮੰਗਾਓ ਭਾਵੇਂ ਤੁਸੀਂ ਕਿਤਾਬ ਮੰਗਾਓ ਜੇ ਤੁਹਾਡੇ ਕੋਲੇ ਐਂਡਰੋਇਡ ਫੋਨ ਆ ਤਾਂ ਐਂਡਰੋਇਡ ਫੋਨ ਦੇ ਵਿੱਚ ਪਹਿਲਾਂ ਕੋਡ ਲਗਾ ਲਿਓ Y679S ਜੇ ਆਈਫੋਨ ਆ ਆਈਫੋਨ ਵਾਲੇ ਐਪ ਪਹਿਲਾਂ ਨਹੀਂ ਬਾਅਦ ਦੇ ਵਿੱਚ ਡਾਊਨਲੋਡ ਕਰਨਗੇ ਜਦੋਂ Y679S ਲਗਾ ਦਿੱਤਾ ਤਾਂ ਸਾਹਮਣੇ ਲਿਖਿਆ ਹੋਊਗਾ ਯੂਜ਼ ਕੋਇਨਸ ਉੱਤੇ ਕਲਿੱਕ ਕਰ ਦਿਓ ਕਿਤਾਬ 313 ਰੁਪਏ ਦੀ ਤੁਹਾਡੇ ਘਰ ਦੇ ਵਿੱਚ ਆਊਗੀ ਪਿਆਰੇ ਬੱਚੋ ਇਹ ਕਿਤਾਬ ਦੀ ਡਿਲੀਵਰੀ ਫ੍ਰੀ ਹੈ ਜੀ ਹਰ ਇੱਕ ਕਿਤਾਬ ਦੀ ਡਿਲੀਵਰੀ ਫ੍ਰ ਨਾਸੀਸ ਲਗਿਆ ਹਰੇਕ ਕਿਤਾਬ ਦੇ ਨਾਲ ਵੀਡੀਓ ਲੈਕਚਰ ਹੈ ਜੀ ভাই 676 ਐਸ ਲਗਿਆ ਹਰੇਕ ਕਿਤਾਬ ਦੇ ਨਾਲ ਉਹਦੀ ਈ-ਬੁੱਕ ਫ੍ਰੀ ਹੈ ভাই 679 ਐਸ ਲਗਿਆ ਪਿਆਰੇ ਬੱਚੋ ਜੇ ਸੌਗਾਤ ਬੁੱਕ ਮੰਗਾਈ ਹੈ ਤਾਂ 500 ਕੁਐਸਚਨਸ 500 ਐਮਸੀਕਿਊ ਦੀ ਪੀਡੀਐਫ ਫ੍ਰੀ ਹੈ ਪਿਆਰੇ ਬੱਚੋ ਜਿਹੜੀਆਂ ਆਪਣੀਆਂ ਲੈਕਚਰ ਹੋਣਗੇ ਉਹਨਾਂ ਨਾਲ 500 ਕੁਐਸਚਨ ਦੀ ਪੀਡੀਐਫ ਫ੍ਰੀ ਵੀ ਉਮੀਦ ਦਊਗਾ ভাই 679 ਐਸ ਲਾਉਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਪਿਆਰੇ ਬੱਚੋ ਸੋ ਇਹ ਸਾਰੇ ਦੀਆਂ ਸਾਰੀਆਂ ਕਿਤਾਬਾਂ ਦੇ ਲਿੰਕ ਕਮੈਂਟ ਬਾਕਸ ਦੇ ਵਿੱਚ ਲੱਗੇ ਹੋਣਗੇ ਕੋਈ ਵੀ ਬੱਚਾ ਗਲਤੀ ਨਾ ਕਰੇ ਕਿਤਾਬ ਮੰਗਾਉਣ ਤੋਂ ਪਹਿਲਾਂ 2679 ਐਸ ਲਾ ਲਿਓ ਜਦੋਂ ਇਹ ਲਾ ਲਿਆ ਉਹਦੇ ਬਾਅਦ ਕੰਟੀਨਿਊ ਤੇ ਚਲੇ ਜਾਓ ਕੰਟੀਨਿਊ ਤੇ ਕਲਿੱਕ ਕਰਕੇ ਆਪਦਾ ਨਾਮ ਭਰ ਦਿਓ ਜੀ ਜੋ ਵੀ ਤੁਹਾਡਾ ਨਾਮ ਹੈ ਉਹਦੇ ਬਾਅਦ ਆਪਦਾ ਮੋਬਾਈਲ ਨੰਬਰ ਆਪਦੀ ਮੇਲ ਆਈਡੀ ਆਪਦਾ ਪਿੰਨ ਕੋਡ ਆਪਦਾ ਪਾਈ ਹਾਊਸ ਨੰਬਰ ਆਪਦਾ ਹਾਊਸ ਨੰਬਰ ਜਾਂ ਪਾਈ ਆਪਦਾ ਪਿੰਡ ਹਾਂ ਪਿੰਡ ਵਾਰਡ ਵਗੈਰਾ ਭਰ ਦਿਓ ਲੈਂਡਮਾਰਕ ਦੇ ਵਿੱਚ ਉਹ ਚੀਜ਼ ਪਾਓ ਜਿਹੜੀ ਤੁਹਾਡੇ ਘਰ ਦੇ ਜਮਾ ਨੇੜੇ ਆ ਕੋਈ ਹਲਵਾਈ ਦੀ ਦੁਕਾਨ ਆ ਕੋਈ ਪਰਚੂਨ ਦੀ ਦੁਕਾਨ ਆ ਕੁਝ ਵੀ ਆ ਉਹ ਪਾ ਕੇ ਫਿਰ ਕੰਟੀਨਿਊ ਤੇ ਕਲਿੱਕ ਕਰ ਦਿਓ ਆ ਲਾਲਜੀ ਲੈਂਡ ਨੂੰ ਦੇਖ ਕੇ ਡਰਨਾ ਨਹੀਂ ਹੈ ਏ ਲਾਲ ਜੀ ਲਾਈਨ ਨੂੰ ਦੇਖ ਕੇ ਭਾਈ ਡਰਨਾ ਨਹੀਂ ਹੈ ਪਿਆਰੇ ਬੱਚੋ ਇਹ ਲਾਲ ਜੀ ਲਾਈਨ ਇਹ ਕਹਿ ਰਹੀ ਆ ਵੀ ਇੱਕ ਵਾਰੀ ਐਡਰੈਸ ਚੈੱਕ ਕਰ ਲਓ ਇਹ ਐ ਨਹੀਂ ਕਹਿੰਦੀ ਤੁਹਾਡਾ ਐਡਰੈਸ ਗਲਤ ਆ ਇਹ ਵਾਰਨਿੰਗ ਦੇ ਰਹੀ ਆ ਵੀ ਇੱਕ ਵਾਰੀ ਆਪਦਾ ਐਡਰੈਸ ਪਾਈ ਚੈੱਕ ਕਰ ਲਓ ਜੇ ਗਲਤ ਹੋਇਆ ਤਾਂ ਐਡਿਟ ਕਰ ਲਿਓ ਸਹੀ ਹੋਇਆ ਕਨਫਰਮ ਕਰ ਦਿਓ ਕਨਫਰਮ ਕੀਤਾ ਪੇਮੈਂਟ ਦੀ ਆਪਸ਼ਨ ਆ ਗਿਆ ਆਪਦੇ ਕੋਲੇ Google Pay PhonePe ਚੱਲਦਾ ਤਾਂ UPI ਤੇ ਕਲਿੱਕ ਕਰ ਦਿਓ Paytm ਚੱਲਦਾ Paytm ਤੇ ਕਲਿੱਕ ਕਰ ਦਿਓ ਨਹੀਂ ਕੋਈ ਚੱਲਦਾ ATM ਕਰਨਾ ਡੈਬਿਟ ਕਾਰਡ ਦੇ ਨਾਲ ਪੇਮੈਂਟ ਕਰ ਲਓ ਜਾਂ ਭਾਈ ਚਾਚੇ ਤਾਏ ਮਾਮੇ ਚਾਚੇ ਭੂਆ ਫੁੱਪੜ ਜਿੱਦੀ ਵੀ ਭਾਈ UPI ID ਲੈ ਲਿਓ UPI ਤੇ ਕ ਡੋ ਕਰਨਗੇ ਕਿਤਾਬਾਂ ਤੁਹਾਡੇ ਕੋਲ ਆ ਜਾਣਗੀਆਂ ਸੋ ਕੋਈ ਵੀ ਕਿਤਾਬ ਆਰਡਰ ਕਰਨ ਤੋਂ ਪਹਿਲਾਂ ਸਭ ਤੋਂ ਮੇਨ ਗੱਲ ਯਾਦ ਰੱਖਣੀ ਆ ভাই 679 ਐਸ ਪਿਆਰੇ ਬੱਚੋ ਫ੍ਰੀ ਡਿਲੀਵਰੀ ਹਰ ਇੱਕ ਕਿਤਾਬ ਦੇ ਨਾਲ ਵੀਡੀਓ ਲੈਕਚਰ ਫ੍ਰੀ ਹਰ ਇੱਕ ਕਿਤਾਬ ਦੇ ਨਾਲ ਮੈਂਟਰਸ਼ਿਪ ਤੇ ਗਾਈਡੈਂਸ ਦੇ ਸੈਸ਼ਨ ਉਹਨਾਂ ਟੀਚਰਾਂ ਦੇ ਫ੍ਰੀ ਜਿਨ੍ਹਾਂ ਦੀ ਕਿਤਾਬ ਆ ਤੇ ਨਾਲ ਪਿਆਰੇ ਬੱਚੋ ਤੁਹਾਨੂੰ ਜੇ ਜੀਕੇ ਦੀ ਸੌਗਾਤ ਮਂਗਾਈ ਤੇ 500 ਐਮਸੀਕਿਊਜ਼ ਦੀ ਪੀਡੀਐਫ ਫ੍ਰੀ ਪਿਆਰੇ ਬੱਚੋ ਸੋ ਨਾਲ-ਨਾਲ ਪਿਆਰੇ ਦੋਸਤੋ ਹਰ ਇੱਕ ਕਿਤਾਬ ਦੀ ਈ-ਬੁੱਕ ਵੀ ਫ੍ਰੀ ਮਿਲੂਗੀ ਆ ਤੁਹਾਨੂੰ ਦਿਖਾਈ ਦੇ ਰਹੂਗਾ ਆ ਈ-ਬੁੱਕ ਇੱਕ ਬੁੱਕ ਨਾਲ ਆਨਲਾਈਨ ਲਾਈਵ ਕਲਾਸ ਸਭ ਕੁਝ ਵਾਹ 678 ਐਸ ਲਗਾ ਕੇ ਭਾਵੇਂ ਕੰਬੋ ਮੰਗਾਓ ਭਾਵੇਂ ਮੈਥ ਦੀ ਕਿਤਾਬ ਮੰਗਾਓ ਭਾਵੇਂ ਪਾਈ ਕਰੰਟ ਅਫੇਅਰ ਸਟੈਟਿਕ ਜੀਕੇ ਦੀ ਭਾਵੇਂ ਪੰਜਾਬ ਜੀਕੇ ਦੀ ਭਾਵੇਂ ਕੰਪਿਊਟਰ ਦੀ ਭਾਵੇਂ ਕੰਬੋ 7 ਦਾ ਭਾਵੇਂ 6 ਦਾ ਕੋਡ Y679 ਇਸਲਾ ਲਿਓ ਬਾਕੀ ਕੋਈ ਡਾਊਟ ਹੋਵੇ ਕੋਈ ਦਿੱਕਤ ਹੋਵੇ ਕੋਈ ਪਰੇਸ਼ਾਨੀ ਹੋਵੇ ਆ ਸਰ ਦੀ ਕਲਾਸ ਦੱਸਿਓ ਕਿੱਥੇ ਲੱਗੇਗੀ ਜਨੇ ਬੁੱਕਰੀ ਦੀ ਜਦੋਂ ਅੰਚਲ ਤੁਸੀਂ ਬੁੱਕ ਨੂੰ ਮੰਗਾਉਨੇ ਹੋ ਨਾ Y679 ਅਸ ਲਾਉਨੇ ਹੋ ਤਾਂ ਆਲਰੇਡੀ ਤੁਸੀਂ ਕਲਾਸੇ ਦੇ ਵਿੱਚ ਐਟਟੈਚ ਹੋ ਜਾਣੇ ਹੋ ਪਰ ਜਦੋਂ ਤੁਸੀਂ ਇੱਕ ਮੇਲ ਆਈਡੀ ਪਾਉਨੇ ਹੋ ਤਾਂ ਤੁਹਾਨੂੰ ਕਹਿੰਦੇ ਹੁੰਦੇ ਕਿ ਮੇਲ ਆਈਡੀ ਪਾਓ ਆਪਦੀ ਜਿਹੜੀ ਉਹ ਮੇਲ ਆਈਡੀ ਪਾਈ ਹੁੰਦੀ ਹੈ ਨਾ ਉਸ ਮੇਲ ਆਈਡੀ ਦੇ ਨਾਲ ਆਪਦੀ 8247 ਦੀ ਐਪ ਨੂੰ ਲੌਗਇਨ ਕਰ ਲਿਆ ਕਰੋ ਆਪਦੇ ਫੋਨ ਦੇ ਵਿੱਚ ਉਸ ਮੇਲ ਆਈਡੀ ਦੇ ਵਿੱਚ ਲੌਗਇਨ ਕਰਕੇ ਖੋਲ੍ਹ ਲਿਆ ਕਰੋ ਥੱਲੇ ਲਿਖਿਆ ਹੋਊਗਾ ਮਾਈ ਕੰਟੈਂਟ ਮਾਈ ਕੰਟੈਂਟ ਤੇ ਜਾਓਗੇ ਉੱਥੇ ਤੁਹਾਨੂੰ ਇਹ ਬੈਚ ਮਿਲ ਮਿਲ ਜੂਗਾ ਜੀ ਸੋ ਬਾਕੀ ਆਹਦੀ ਕਲਾ ਦਗੁਨੀ ਰਾਤ ਤੇ ਲਗੁਨੀ ਤਰੱਕੀ ਕਰੋ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਲਈ ਬੜਾ ਬਿਹਤਰ ਹੋਵੇ ਆਪਣਾ ਤੇ ਆਪਣੇਆਂ ਦਾ ਖਿਆਲ ਰੱਖਿਓ ਮਿਹਨਤ ਕਰਦੇ ਰਹੋ ਵਧਦੇ ਰਹੋ ਪੜ੍ਹਦੇ ਰਹੋ ਅੱਗੇ ਤੇ ਕਿਤਾਬਾਂ ਤੁਹਾਡੇ ਵਾਸਤੇ ਬਹੁਤ ਲਾਜ਼ਮੀ ਨੇ ਜਿਹਨੇ ਮੰਗਾਉਣੀਆਂ 2679s ਯਾਦ ਰੱਖਿਓ ਬਾਕੀ ਸਤਿ ਸ਼੍ਰੀ ਅਕਾਲ ਮਿਲਦੇ ਆਂਦੀ ਆਪਾਂ ਸ਼ਾਮ ਨੂੰ 5:00 ਵਾਲੀ ਕਲਾਸ 'ਚ